اعوذ باللہ من الشیطان الرجیم بسم اللہ الرحمن الرحیم سب صوبہ اللہ یہ دیئے جن پیدا کی تی آسمان تے زمین تے بنائے ہنیرے تے چانن پھر بھی بھئی دوجیاں نو اپنے رب نال برابر کر دینے اوہو یہ جس پیدا کیتا تا توانو مٹی تو پھر ٹھہرائی عمر دی مدت تے ایک عمر ہے ਹੋਰ ਵੀ ਛਾਰੀ ਹੋਈ ਕੋਲ ਉਹ ਦੇ ਫਿਰ ਤੁਸੀਂ ਸ਼ੱਕ ਕਰਦੇ ਹੋ ਤੇ ਉਹ ਹੀ ਹੈ ਅੱਲਾ ਅਸਮਾਨਾਂ ਤੇ ਜ਼ਮੀਨ ਵਿੱਚ ਜਾਣਦਾ ਹੈ ਛੁਪਿਆ ਤੇ ਸਾਡਾ ਤੇ ਜ਼ਾਹਿਰ ਤੁਹਾਡਾ ਤੇ ਜਾਣਦਾ ਜੋ ਕਮਾਂਦੇ ਹੋ ਤੇ ਨਹੀਂ ਆਉਂਦੀ ਉਹਨਾਂ ਕੋਲ ਕੋਈ ਨਿਸ਼ਾਨੀ ਉਹਨਾਂ ਦੇ ਰੱਬ ਦੀਆਂ ਨਿਸ਼ਾਨੀਆਂ ਵਿੱਚੋਂ ਪਰ ਹੋ ਜਾਂਦੇ ਨੇ ਉਸ ਤੋਂ ਫਿਰ ਤੂੰ ਸੋ ਜ਼ਰੂਰ ਚਫਲਾ ਚੁਕੇ ਨੇ ਸੱਚੀ ਗੱਲ ਨੂੰ ਜਦ ਉਹਨਾਂ ਤੱਕ ਪਹੁੰਚੇ ਹੁਣ ਅੱਗੋਂ ਪਹੁੰਚੇਗੀ ਉਹਨਾਂ ਨੂੰ ਹਕੀਕਤ ਉਹਨਾਂ ਗੱਲਾਂ ਦੀ ਜਿਨ੍ਹਾਂ ਨੂੰ ਠੱਠਾ ਕਰਦੇ ਸਨ ਭਲਾ ਵੇਖਿਆ ਨਹੀਂ ਨੇ ਕਿਤਨੀਆਂ ਬਰਬਾਦ ਕਰ ਦਿੱਤੀਆਂ ਅਸਾਂ ਪਹਿਲੇ ਇਹਨਾਂ ਦੇ ਸੰਗਤਾਂ ਜਿਨ੍ਹਾਂ ਨੂੰ ਅਸਾਂ ਜ਼ੋਰ ਦਿੱਤਾ ਸੀ ਮੁਲਕ ਵਿੱਚ ਜਿਤਨਾ ਜ਼ੋਰ ਅਸਾਂ ਤੁਹਾਨੂੰ ਨਹੀਂ ਦਿੱਤਾ ਤੇ ਪੇਜੀਆਂ ਅਸਾਂ ਉਹਨਾਂ ਉੱਤੇ ਮੀਂਹੀਆਂ ਚੜੀਆਂ ਤੇ ਬਣਾ ਦਿੱਤੀਆਂ ਅਸਾਂ ਨਹਿਰਾਂ ਵਗਦੀਆਂ ਇੱਥੇ ਉਹਨਾਂ ਦੇ ਫਿਰ ਬਰਬਾਦ ਕਰ ਦਿੱਤਾ ਅਸਾਂ ਉਹਨਾਂ ਨੂੰ ਬਦਲੇ ਉਹਨਾਂ ਦੇ ਗੁਨਾਹ ਦੇ ਤੇ ਪੈਦਾ ਕੀਤੀ ਅਸਾਂ ਪਿੱਛੇ ਉਹਨਾਂ ਦੇ ਸੰਗਤ ਹੋਰ ਜੇ ਕਦੇ ਅਸੀਂ ਉਤਾਰਦੇ ਤੇਰੇ ਉੱਤੇ ਕਿਤਾਬ ਲਿਖੀ ਹੋਈ ਕਾਗਜ਼ ਵਿੱਚ ਫਿਰ ਟੋਹ ਲੈਂਦੇ ਉਸ ਨੂੰ ਆਪਣੇ ਹੱਥਾਂ ਨਾਲ ਤਾਂ ਵੀ ਆਖਦੇ ਬੇਈਮਾਨ ਇਹ ਹੋਰ ਕੁਝ ਨਹੀਂ ਪਰ ਜਾਦੂ ਹੈ ਜ਼ਾਹਿਰ ਤੇ ਅੱਖਿਓਂ ਨੇ ਕਿਉਂ ਨਾ ਉਤਰਿਆ ਉਹਦੇ ਉੱਤੇ ਕੋਈ ਫਰਿਸ਼ਤਾ ਜੇ ਕਦੇ ਉਤਾਰਦੇ ਅਸੀਂ ਫਰਿਸ਼ਤਾ ਤਾਂ ਨਿਭੜ ਜਾਂਦਾ ਕੰਮ ਫਿਰ ਮੌਲਤ ਨਾ ਮਿਲਦੀ ਉਹਨੇ ਤੇ ਜੇ ਕਦੇ ਬਣਾਉਂਦੇ ਅਸੀਂ ਪੈਗੰਬਰ ਫਰਿਸ਼ਤੇ ਨੂੰ ਬਣਾਉਂਦੇ ਉਹਨੂੰ ਇਨਸਾਨ ਤੇ ਰਲਾ ਪਾ ਦਿੰਦੇ ਉਹਨਾਂ ਵਿੱਚ ਜੋ ਹੁਣ ਰਲਾ ਪਾਉਂਦੇ ਨੇ ਇਹ ਹਬੀਬ ਜ਼ਰੂਰ ਠੱਟਾ ਕੀਤਾ ਗਿਆ ਹੈ ਪੈਗੰਬਰਾਂ ਨਾਲ ਪਹਿਲੇ ਤਹਤੋਂ ਵੀ ਫਿਰ ਘੇਰ ਲਿਆ ਉਹਨਾਂ ਵਿੱਚੋਂ ਠੱਟਾ ਕਰਨ ਵਾਲਿਆਂ ਨੂੰ ਉਸ ਗੱਲ ਨੇ ਜਿਸ ਦਾ ਠੱਟਾ ਕਰਦੇ ਸਨ ਤੂੰ ਆਖ ਫਿਰ ਉਹ ਮੁਲਕ ਵਿੱਚ ਫਿਰ ਵੇਖੋ ਕਿਸ ਤਰ੍ਹਾਂ ਹੋਇਆ ਔੜਕ ਝੁਠਲਾਣ ਵਾਲਿਆਂ ਦਾ ਤੁਸੀਂ ਆਖੋ ਕਿਸ ਦਾ ਹੈ ਜੋ ਕੁਝ ਆਸਮਾਨਾਂ ਤੇ ਜ਼ਮੀਨ ਵਿੱਚ ਤੁਸੀਂ ਆਖੋ ਅੱਲਾ ਦਾ ਹੈ ਲਿਖੀ ਸੂ ਆਪਣੇ ਜਿਵੇਂ ਮਿਹਰ ਕਰਨੀ ਜ਼ਰੂਰ ਇਕੱਠਾ ਕਰੇਗਾ ਤੁਹਾਨੂੰ ਦਿਨ ਕਿਆਮਤ ਦੇ ਨਹੀਂ ਸ਼ਾਕੋਸ ਵਿੱਚ ਜਿੰਨਾ ਕਾਟੇ ਵਿੱਚ ਪਾ ਦਿੱਤੀਆਂ ਨੇ ਜਾਨਾ ਆਪਣੀਆਂ ਸੋ ਉਹ ਨਹੀਂ ਮੰਨਦੇ ਤੇ ਉਸੇ ਹੀ ਦਾ ਹੈ ਜੋ ਵਸਦਾ ਹੈ ਰਾਤ ਤੇ ਦਿਨ ਵਿੱਚ ਤੇ ਉਹ ਸੁਣਦਾ ਜਾਣਦਾ ਹੈ ਤੁਸੀਂ ਆਖੋ ਭਲਾ ਸਵਾ ਐਸੇ ਅੱਲਾ ਦੇ ਪਕੜਾਂ ਮੈਂ ਹਮਾਇਤੀ ਕਿਸੇ ਹੋਰ ਨੂੰ ਜੋ ਪੈਦਾ ਕਰਨ ਵਾਲਾ ਹੈ ਅਸਮਾਨਾਂ ਤੇ ਜ਼ਮੀਨਾਂ ਦਾ ਤੇ ਉਹ ਰੋਜ਼ੀ ਦਿੰਦਾ ਹੈ ਤੇ ਕਿਸੇ ਕੋਲੋਂ ਲੈਂਦਾ ਨਹੀਂ ਤੂੰ ਆਖ ਮੈਨੂੰ ਹੁਕਮ ਹੋਇਆ ਏ ਜੋ ਮੈਂ ਹਾਂ ਪਹਿਲਾ ਸਭ ਮੁਸਲਮਾਨਾਂ ਦਾ ਤੇ ਨਾ ਹੋ ਤੂੰ ਸ਼ਿਰਕ ਕਰਨ ਵਾਲਿਆਂ ਵਿੱਚੋਂ ਤੂੰ ਆਖ ਮੈਂ ਡਰਨਾ ਜੇ ਹੁਕਮ ਮੋੜਾ ਆਪਣੇ ਰੱਬ ਦਾ ਬੜੇ ਦਿਨ ਦੀ ਮਾਰੋਂ ਜਿਸ ਉਤੋਂ ਉਹ ਮਾਰ ਟਲ ਗਈ ਉਸ ਦਿਨ ਸੋ ਉਸ ਉੱਤੇ ਮਿਹਰ ਕੀਤੀ ਉਸੂ ਇਹੋ ਈ ਖੁੱਲੀ ਖੁੱਲੀ ਮੁਰਾਦ ਪਾਣੀ ਤੇ ਜੇ ਪੁੱਛਾਇ ਤੈਨੂੰ ਅੱਲਾ ਕੋਈ ਸ਼ਖਤੀ ਤਾਂ ਕੋਈ ਨਹੀਂ ਦਫਾ ਕਰਨ ਜੋਗਾ ਉਸ ਨੂੰ ਉਸ ਬਾਝੋਂ ਕਿ ਜੇ ਪਹੁੰਚਾਇ ਤੈਨੂੰ ਕੋਈ ਨੇਮਤ ਤਾਂ ਉਹਦਾ ਹਰ ਕਾਰਸੇ ਉੱਤੇ ਵਾਸ ਚੱਲਦਾ ਹੈ ਤੇ ਉਹਦਾ ਬਣਾ ਜ਼ੋਰ ਚੱਲਦਾ ਹੈ ਆਪਣੇ ਬੰਦਿਆਂ ਉੱਤੇ ਤੇ ਉਹ ਹਕਮਤ ਵਾਲਾ ਖਬਰਦਾਰ ਹੈ ਇਹਨਾਂ ਕੋਲ ਪੁੱਛੋ ਕਿਸ ਚੀਜ਼ ਦੀ ਗਵਾਹੀ ਸਭ ਤੋਂ ਬੜੀ ਹੈ ਤੁਸੀਂ ਆਖੋ ਅੱਲਾਹ ਦੀ ਉਹ ਗਵਾਹੀ ਮੇਰੇ ਤੇ ਤੁਹਾਡੇ ਵਿੱਚ ਤੇ ਉਤਰੇ ਹੈ ਮੇਰੇ ਵਾਲੇ ਕੁਰਾਨ ਤਾਂ ਡਰਾਵਾ ਤੁਹਾਨੂੰ ਇਸ ਨਾਲ ਤੇ ਜਿਸ ਜਿਸ ਨੂੰ ਇਹ ਪਹੁੰਚੇ ਭਲਾ ਇਹ ਲੋਕੋ ਤੁਸੀਂ ਗਵਾਹੀ ਦਿੰਦੇ ਹੋ ਪਈ ਅੱਲਾ ਦੇ ਨਾਲ ਹੋਰ ਵੀ ਮਹਬੂਦ ਨੇ ਤੁਸੀਂ ਆਖੋ ਮੈਂ ਨਹੀਂ ਗਵਾਈ ਦੇ ਸਕਦਾ ਨਾਲੇ ਆਖੋ ਨਿਹਰਾ ਉਹ ਇਕੋ ਮਬੂਦੇ ਤੇ ਮੈਂ ਉਸ ਤੋਂ ਬੇਜ਼ਾਰ ਹਾਂ ਜਿਸ ਨੂੰ ਉਹਦੇ ਬਰਾਬਰ ਕਰਦੇ ਹੋ ਜਿਨ੍ਹਾਂ ਨੂੰ ਦਿੱਤੀ ਅਸਾਂ ਕਿਤਾਬ ਉਹ ਪਛਾਣਦੇ ਨੇ ਉਹਨੂੰ ਜਿਉਂ ਪਛਾਣਦੇ ਨੇ ਪੁੱਤਰਾ ਆਪਣੇਆਂ ਨੂੰ ਜਿਨ੍ਹਾਂ ਨੇ ਘਾਟੇ ਵਿੱਚ ਪਾ ਦਿੱਤੀਆਂ ਨੇ ਜਾਨਾਂ ਆਪਣੀਆਂ ਸੋ ਉਹ ਨਹੀਂ ਮੰਨਦੇ ਤੇ ਉਸ ਨਾਲੋਂ ਬੜਾ ਜ਼ਾਲਮ ਕੌਣ ਹੈ ਜਿਨੇ ਜੋੜਿਆ ਅੱਲਾ ਉੱਤੇ ਝੂਠ ਯਾ ਚੁਸਲਾਈਆਂ ਆਇਤਾ ਉਹਦੀਆਂ ਗੱਲ ਇਹ ਹੈ ਜੋ ਮੁਰਾਦ ਨਹੀਂ ਪਾਉਂਦੇ ਜ਼ਾਲਿਮ ਤੇ ਜਿਸ ਦਿਨ ਇਕੱਠਾ ਕਰਾਂਗੇ ਉਹਨਾਂ ਸਾਰਿਆਂ ਨੂੰ ਫੇਰ ਆਖਾਂਗੇ ਸ਼ਿਰਕ ਕਰਨ ਵਾਲਿਆਂ ਨੂੰ ਕਿੱਥੇ ਨੇ ਸ਼ਰੀਕ ਤੁਹਾਡੇ ਜਿਨ੍ਹਾਂ ਨੂੰ ਤੁਸੀਂ ਆਪਣਾ ਖੁਦਾ ਗੁਮਾਨ ਕਰਦੇ ਸੌ ਫੇਰ ਨਾ ਰਹੇਗੀ ਸ਼ਰਾਰਤ ਉਹਨਾਂ ਦੀ ਪਰ ਇਹੋ ਜੋ ਆਖਣਗੇ ਸੌਏ ਆਪਣੇ ਪਾਲਣ ਵਾਲੇ ਅੱਲਾਹ ਦੀ ਨਹੀਂ ਤਾਂ ਅਸੀਂ ਸ਼ਰੀਕ ਕਰਦੇ ਵੇਖ ਕੀ ਕਰ ਝੂਠ ਬੋਲਿਆ ਨੇ ਆਪਣੀਆਂ ਜਾਨਾਂ ਉੱਤੇ ਤੇ ਭੁੱਲ ਗਈਆਂ ਉਹਨਾਂ ਨੂੰ ਜੋ ਗੱਲਾਂ ਝੂਠ ਜੋੜਦੇ ਸਨ ਤੇ ਕੋਈ ਉਹਨਾਂ ਵਿੱਚੋਂ ਕੰਨ ਰੱਖਦਾ ਏ ਤੇਰੇ ਵੱਲ ਤੇ ਪਾ ਦਿੱਤੇ ਨੇ ਅਸਾਂ ਉਹਨਾਂ ਦੇ ਦਿਲਾਂ ਉੱਤੇ ਪਰਦੇ ਤਾਂ ਸਮਝਣਾ ਜਾਣੋ ਉਸ ਨੂੰ ਤੇ ਉਹਨਾਂ ਦੇ ਕੰਨਾਂ ਉੱਤੇ ਚੱਪਾ ਏ ਤੇ ਜੇ ਵੇਖਣ ਹਾਰਿਕ ਨਿਸ਼ਾਨੀ ਨਾ ਮੰਨਣ ਉਸ ਨੂੰ ਇਥੋਂ ਤੀਕ ਜੇ ਜਦ ਆਉਂਦੇ ਨੇ ਤੇਰੇ ਕੋਲ ਚੱਕੜ ਚੱਗੜਦੇ ਨੇ ਤੇਰੇ ਨਾਲ ਆਖਦੇ ਨੇ ਬੇਈਮਾਨ ਹੋਰ ਕੁਝ ਨਹੀਂ ਇਹ ਕੁਰਾਨ ਪਰ ਕਹਾਣੀਆਂ ਨੇ ਅਗਲੀਆਂ ਦੀਆਂ ਤੇ ਉਹ ਵਰਜਦੇ ਨੇ ਉਸ ਨੂੰ ਤੇ ਪਰੇ-ਪਰੇ ਰਹਿੰਦੇ ਨੇ ਉਸ ਤੋਂ ਨਹੀਂ ਬਰਬਾਦ ਕਰਦੇ ਪਰ ਆਪਣੇ ਆਪ ਨੂੰ ਤੇ ਨਹੀਂ ਸਮਝਦੇ ਜੇ ਕਦੇ ਤੂੰ ਵੇਖੇ ਜਦ ਖੁਲਾਰੇ ਜਾਣਗੇ ਕਿਨਾਰੇ ਅੱਗ ਦੇ ਫੇਲ ਆਖਣਗੇ ਹਾਏ ਸਾਨੂੰ ਅਸੀਂ ਮੋੜੇ ਜਾਈਏ ਤੇ ਨਾ ਝੁੱਠਲਾਈ ਆਏ ਤਾਂ ਆਪਣੇ ਰੱਬ ਦੀਆਂ ਤੇ ਹੋ ਜਾਈਏ ਅਸੀਂ ਇਮਾਨਦਾਰਾਂ ਵਿੱਚੋਂ ਸਗੋ ਜ਼ਾਹਿਰ ਹੋਇਆ ਉਹਨਾਂ ਨੂੰ ਇਹ ਬੋਸਦਾ ਜੋ ਛੁਪਾਦੇ ਸਣੇ ਦੂ ਪਹਿਲੇ ਤੇ ਜੇ ਕਦੇ ਮੋੜੇ ਜਾਣ ਤਾਂ ਭੋਂ ਪੈਣ ਉਸ ਕੰਵਲ ਜਿਸ ਤੋਂ ਵਰਜੇ ਗਏ ਸਨ ਤੇ ਜ਼ਰੂਰ ਹੋ ਝੂਠੇ ਨੇ ਤੇ ਆਖਦੇ ਨੇ ਨਹੀਂ ਇਹ ਜੂਣਾ ਪਰ ਜੂਣਾ ਸਾਡਾ ਦੁਨੀਆ ਦਾ ਤੇ ਨਹੀਂ ਅਸਾਂ ਮਰ ਕੇ ਜੀਉਣਾ ਤੇ ਜੇ ਕਦੇ ਤੂੰ ਵੇਖੇਂ ਜਦ ਖੁਲਾਰੇ ਜਾਣਗੇ ਆਪਣੇ ਰੱਬ ਦੇ ਸਾਹਮਣੇ ਫਰਮਾਏਗਾ ਭਲਾ ਇਹ ਸੱਚ ਨਹੀਂ ਆਖਣ ਕੀ ਕਿਉਂ ਨਹੀਂ ਸੌਏ ਆਪਣੇ ਰੱਬ ਦੀ ਫਰਮਾਏਗਾ ਤਾਂ ਚੱਖੋ ਅਜ਼ਾਬ ਬਦਲੇ ਉਸ ਦੇ ਜੋ ਤੁਸੀਂ ਬੇਈਮਾਨੀ ਕਰਦੇ ਸੋ ਜ਼ਰੂਰ ਘਾਟਾ ਪਾਇਆ ਜਿਨ੍ਹਾਂ ਚੁਟਲਾਇਆ ਮਿਲਣਾ ਅੱਲਾ ਦਾ ਇਥੋਂ ਤੱਕ ਜੋ ਜਦ ਆ ਪਹੁੰਚਿਓ ਨਾ ਉੱਤੇ ਕਿਆਮਤ ਅਚਾਨਕ ਅੱਖਰ ਲਗੇ ਹਾਏ ਸਾਡੀ ਇਹ ਪਛੇਮਾਨੀ ਕਿਆਮਤ ਦੇ ਬਾਰੇ ਵਿੱਚ ਸੁਸਤੀ ਕਰਨ ਉੱਤੇ ਤੇ ਉਹ ਚੁੱਕ ਰਹੇ ਨੇ ਭਾਰ ਆਪਣੇ ਆਪਣੇ ਮਗਰਾਂ ਉੱਤੇ ਜ਼ਰਾ ਵੇਖੋ ਕਿਆ ਬੁਰਾ ਭਾਰ ਏ ਜੋ ਚੁੱਕਦੇ ਨੇ ਤੇ ਨਹੀਂ ਜੀਉਣਾ ਦੁਨੀਆ ਦਾ ਪਰ ਖੇਡਣਾ ਤੇ ਜੀ ਪਰਚਾਣਾ ਤੇ ਘਰ ਆਖਰਤ ਦਾ ਚੰਗਾ ਹੈ ਬਚਣ ਵਾਲਿਆਂ ਦੇ ਕਿਉਂ ਫਿਰ ਅਕਲ ਨਹੀਂ ਕਰਦੇ ਹੋ ਇਹ ਹਬੀਬ ਅਸੀਂ ਜਾਣਨੇ ਆ بھائی ضرور تینو غم لاندی ہے جڑی گل آخ دے نے سو ضرور ہو تینو نہیں چٹ لاندے پر ظالم اللہ دی آیا تو نہ انکار کر دے نے تے ضرور چٹھڑائے گئے نے کئی پیغمبر تے تھوں پہلے پھر صبر کی تو نے چٹھڑایا جانے تے ستایا جانے اتے ایتھوں تک جو پہنچی انہاں نو مدد ساڈی تے نہیں کوئی بدلن والا اللہ دی گلاں نو تے ضرور پہنچ چکی ہے تینو کچھ جی خبر پیغمبراں دی ਗੇ ਤੇਰੇ ਉਤੇ ਪਾਰ ਆ ਪਿਆ ਉਹਨਾਂ ਦੇ ਮੂੰਹ ਫੇਰਨੇ ਦਾ ਤਾਂ ਜੇ ਤੇਰਾ ਮਖਦੂਰ ਹੈ ਜੇ ਟੁੰਡੇ ਕੋਈ ਸੁਰੰਗ ਜ਼ਮੀਨ ਵਿੱਚ ਜਾਂ ਕੋਈ ਪੌੜੀ ਅਸਮਾਨ ਵਿੱਚ ਫਿਰ ਲੈ ਆਵੇਂ ਉਹਨਾਂ ਕੋਲ ਕੋਈ ਨਿਸ਼ਾਨੀ ਤੇ ਜੇ ਕਦੇ ਚਾਹਦਾ ਅੱਲਾ ਤਾਂ ਇਕੱਠਾ ਕਰਦਾ ਉਹਨਾਂ ਨੂੰ ਹਿਦਾਇਤ ਉੱਤੇ ਸੋ ਨਾ ਹੋ ਨਾ ਦਾਨਾ ਵਿੱਚੋਂ ਮੰਨਦੇ ਨੇ ਜਿਹੜੇ ਉਹ ਹੀ ਜਿਹੜੇ ਸੁਣਦੇ ਨੇ ਰਹਿ ਗਏ ਮੁਰਦੇ ਤੇ ਮੁਰਦਿਆਂ ਨੂੰ ਉਠਾਏਗਾ ਅੱਲਾ ਫਿਰ ਉਸੇ ਹੀ ਵੱਲ ਮੁੜਨਗੇ ਯਾਨੀ ਸਭ ਤੋਂ ਇਹ ਉਮੀਦ ਨਾ ਰੱਖੋ ਜੇ ਮੰਨਣਗੇ ਜਿਨ੍ਹਾਂ ਦੇ ਦਿਲਾਂ ਉੱਤੇ ਅੱਲਾਹ ਨੇ ਕੰਨ ਨਹੀਂ ਬਣਾਏ ਉਹ ਸੁਣਦੇ ਹੀ ਨਹੀਂ ਤੇ ਮੰਨਣ ਕੀ ਕਰੇ ਇਹ ਕਾਫਰ ਜੋ ਮੁਰਦਿਆਂ ਵਾਂਗੂ ਨੇ ਕਿਹਾਂ ਮਤਲਬ ਵੇਖ ਕੇ ਮੰਨਣਗੇ ਤੇ ਆਖਦੇ ਨੇ ਕਿਉਂ ਨਹੀਂ ਉਤਰੀ ਉਸ ਨਬੀ ਉੱਤੇ ਕੋਈ ਨਿਸ਼ਾਨੀ ਉਸ ਦੇ ਰੱਬ ਦੀ ਤਰਫੋਂ ਤੁਸੀਂ ਆਖੋ ਜ਼ਰੂਰ ਅੱਲਾਹ ਨੂੰ ਕੁਦਰਤ ਹੈ ਜੋ ਉਤਾਰੇ ਕੁਝ ਨਿਸ਼ਾਨੀ ਪਰ ਬਹੁਤੇ ਉਹਨਾਂ ਵਿੱਚੋਂ ਨਹੀਂ ਜਾਣਦੇ ਤੇ ਨਹੀਂ ਕੋਈ ਜਾਨਦਾਰ ਚੀਜ਼ ਜ਼ਮੀਨ ਵਿੱਚ ਤੇ ਨਾ ਪਖੇਰੂ ਜੋ ਉੜਦਾ ਹੈ ਆਪਣੇ ਦੋ ਪਰਾਂ ਨਾਲ ਪਰ ਉਮਤਾ ਨੇ ਤੁਸਾਂ ਜਈਆਂ ਕਸਰ ਨਹੀਂ ਛੱਡੀ ਅਸਾਂ ਕਿਤਾਬ ਵਿੱਚ ਲਿਖਣੇ ਨੂੰ ਕੁਝ ਵੀ ਯਾਨੀ ਲੋਏ ਮਹਿਫੂਜ਼ ਵਿੱਚ ਫੇਰ ਆਪਣੇ ਰੰਮ ਵਾਲੇ ਇਕੱਠੇ ਹੋਣਗੇ ਤੇ ਜਿੰਨਾ ਚੁਟਲਾਈਆਂ ਸਾਡੀਆਂ ਆਇਆ ਤਾਂ ਬੋਲੇ ਤੇ ਗੂੰਗੇ ਨੇ ਹਨੇਰਿਆਂ ਵਿੱਚ ਪਏ ਹੋਏ ਜਿਸ ਨੂੰ ਚਾਹੇ ਅੱਲਾ ਰਾਮ ਪੁਲਾਏ ਤੇ ਜਿਸ ਨੂੰ ਚਾਏ ਕਰ ਦੇ ਸਿੱਧੇ ਰਾਹ ਉਤੇ ਤੁਸੀਂ ਆਖੋ ਦੱਸੋ ਮੈਨੂੰ ਜੇ ਆ ਜਾਏ ਤੁਸੀਂ ਉੱਤੇ ਅਜ਼ਾਬ ਅੱਲਾ ਦਾ ਜਾਂ ਆ ਜਾਏ ਤੁਸੀਂ ਉੱਤੇ ਕਿਆਮਤ ਭਲਾ ਸਵਾਲ ਅੱਲਾ ਦੇ ਕਿਸੇ ਨੂੰ ਸੱਦੋਗੇ ਦੱਸੋ ਜੇ ਤੁਸੀਂ ਸੱਚੇ ਹੋ ਉਸ ਵੇਲੇ ਸਗੋਂ ਉਸੇ ਨੂੰ ਮਦਦ ਵਾਸਤੇ ਸੱਦਦੇ ਹੋ ਫਿਰ ਦਫਾ ਕਰ ਦਿੰਦਾ ਹੈ ਜਿਸ ਮੁਸੀਬਤ ਵੱਲ ਸੱਦਦੇ ਹੋ ਜੇ ਚਾਏ ਤੇ ਉਸ ਵੇਲੇ ਭੁਲਾ ਦਿੰਦੇ ਹੋ ਜਿਸ ਨੂੰ ਉਹਦਾ ਸ਼ਰੀਕ ਕਰਦੇਓ ਤੇ ਜ਼ਰੂਰ ਪੈਗੰਬਰ ਭੇਜਿਆ ਸਾਉ ਮਤਾਂਵਲ ਤੈਥੋਂ ਪਹਿਲੇ ਫਿਰ ਪਕੜਿਆ ਸਾਉ ਉਹਨਾਂ ਨੂੰ ਸਖਤੀ ਤੇ ਦੁੱਖ ਵਿੱਚ ਤਾਂ ਉਹ ਜ਼ਾਰੀ ਕਰਨ ਫਿਰ ਕਿਉਂ ਨਾ ਜ਼ਾਰੀ ਕੀਤੀਓ ਨੇ ਜਦ ਆਇਆ ਸੀ ਉਹਨਾਂ ਉਤੇ ਅਜ਼ਾਬ ਸਾਡਾ ਪਰ ਸਖਤ ਹੋ ਗਏ ਦਿਲ ਉਹਨਾਂ ਦੇ ਤੇ ਸੋਹਣੇ ਕਰ ਬਖਾਇਆ ਉਹਨਾਂ ਨੂੰ ਸ਼ੈਤਾਨ ਨੇ ਜੋ ਕਰਤਬ ਕਰਦੇ ਸਨ ਫਿਰ ਜਦ ਪਲਾ ਦਿੱਤੀਓ ਨੇ ਜੋ ਨਸੀਤ ਮਿਲੀ ਸਾਣੇ ਖੋਲ ਦਿੱਤੇ ਸਾਂ ਉਹਨਾਂ ਉੱਤੇ ਦਰਵਾਜ਼ੇ ਹਰ ਕਾਸੇ ਦੇ ਇਥੋਂ ਤੀਕ ਜੋ ਜਦ ਮਸਤ ਕਤੇ ਉਸ ਉੱਤੇ ਜੋ ਮਿਲਿਆ ਸਣੇ ਪਗੜਿਆ ਸਾਂ ਉਹਨਾਂ ਨੂੰ ਬੇਖਬਰ ਫੇਰ ਤਦੋਂ ਹੀ ਉਹ ਹਰ ਪੁਲਾਈ ਉੱਤੇ ਨਾ ਉਮੀਦ ਨੇ ਫੇਰ ਵੱਡ ਕਤੀ ਜੜ ਲੋਕਾਂ ਦੀ ਜਿੰਨਾ ਜ਼ੁਲਮ ਕੀਤਾ ਤੇ ਸਭ ਸੋ ਬਾ ਲੱਦੀਏ ਜੋ ਪਾਲਨਹਾਰ ਸਾਰੇ ਜੱਗ ਦਾ ਤੂੰ ਆਖ ਦੱਸੋ ਮੈਨੂੰ ਜੇ ਲੈ ਲੈ ਅੱਲਾ ਕੰਨ ਤੁਹਾਡੇ ਤੇ ਅੱਖੀਆਂ ਤੁਹਾਡੀਆਂ ਤੇ ਮੋਹ ਲਾ ਦੇ ਤੁਹਾਡੇ ਦਿਲਾਂ ਉੱਤੇ ਕਿਹੜਾ ਮਬੂਦ ਉਸ ਵਾਇ ਅੱਲਾਹ ਦੇ ਜੋ ਲਿਆ ਦੇਵੇ ਤੁਹਾਨੂੰ ਉਹ ਕੁੱਤੀ ਚੀਜ਼ ਵੇਖ ਕਿਸ ਤਰ੍ਹਾਂ بار بار ਬਿਆਨ ਕਰਨਿਆਂ ਅਸੀਂ ਆਇਆ ਤਾਂ ਫੇਰ ਵੀ ਉਹ ਕਿਨਾਰਾ ਕਰਦੇ ਨੇ ਤੂੰ ਆਖ ਦੱਸੋ ਮੈਨੂੰ ਜੇ ਆ ਜਾਏ ਤੁਸਾਂ ਉਤੇ ਅਜ਼ਾਬ ਅੱਲਾ ਦਾ ਬੇਖਬਰੀ ਆ ਸਾਹਮਣੇ ਨਾ ਬਰਬਾਦ ਹੋਣਗੇ ਪਰ ਲੋਕ ਜ਼ਾਲਿਮ ਤੇ ਨਹੀਂ ਪੇਜਦੇ ਅਸੀਂ ਪੈਗੰਬਰਾਂ ਨੂੰ ਪਰ ਖੁਸ਼ ਖਬਰੀ ਦੇਣ ਨੂੰ ਤੇ ਡਰਾਂ ਨੂੰ ਫਿਰ ਜਿੰ ਮੰਨਿਆ ਤੇ ਸਵਾਰਿਆ تا نہیں کچھ ڈارونا نو تے نا ہو چورنگے تے جنہ چٹھلائیاں ساڑھیاں آئے لگے گا انہوں نو عذاب بدلے انہوں دے بے فرمانی کر رہن دے تو آخ میں نہیں آخ دا تو آنو جو میرے کول نے خزانے اللہ دے تے نہ میں غیب جاننا تے نہ میں آخ نا تو آنو پھائی میں فرشتہ ہاں. نہیں تردہ میں پر اس حکم اٹھے جو اتردہ میرے وال تسی آکھو ਪੜਾ ਬਰਾਬਰ ਹੁੰਦਾ ਏ ਅੰਨਾ ਤੇ ਸੁਜਾਖਾ ਕਿਉਂ ਫਿਰ ਧਿਆਨ ਨਹੀਂ ਕਰਦੇ ਤੇ ਡਰਾ ਇਸ ਨਾਲ ਉਹਨਾਂ ਨੂੰ ਜਿਨ੍ਹਾਂ ਨੂੰ ਖੌਫ ਏ ਭਾਈ ਉਹਨਾਂ ਇਕੱਠਿਆਂ ਹੋਣਾ ਹੈ ਆਪਣੇ ਰੱਬ ਵੱਲ ਜਦ ਨਹੀਂ ਉਹਨਾਂ ਦਾ ਸੁਭਾਅ ਉਹਦੇ ਕੋਈ ਹਮਾਇਤੀ ਤੇ ਨਾ ਸ਼ਫਾਤ ਕਰਨ ਵਾਲਾ ਤਾਂ ਉਹ ਬਚ ਜਾਣ ਤੇ ਕੱਢ ਨਾ ਦਿਓ ਉਹਨਾਂ ਨੂੰ ਜੋ ਸੱਦ ਨੇ ਰੱਬ ਆਪਣੇ ਨੂੰ ਸਵੇਰੇ ਤੇ ਤੀਸਰੇ ਪੈਰ ਚੰਦ ਨੇ ਮੂੰਹ ਉਹਦਾ ਤੇ ਖੁਸ਼ਨੂਦੀ ਉਹਦੀ ਤੇਰੇ ਜ਼ਿੰਮੇ ਨਹੀਂ ਕੁਝ ਉਹਨਾਂ ਦੇ حسابੋਂ ਤੇ ਉਹਨਾਂ ਦੇ ਜ਼ਿੰਮੇ ਨਹੀਂ ਕੁਝ ਤੇਰੇ حسابੋਂ ਤਾਂ ਕੱਢ ਦੇ ਉਹਨਾਂ ਨੂੰ ਤੇਰ ਹੋ ਜਾਣ ਜ਼ਾਲਮਾਂ ਵਿੱਚੋਂ ਤੇ ਇਸ ਤਰ੍ਹਾਂ ਸਾਂ ਅਜ਼ਮਾਇਆ ਇਕਨਾਂ ਨੂੰ ਇਕਨਾਂ ਨਾਲ ਤਾਂ ਆਖਣ ਪੜਾ ਇਹੋ ਲੋਕ ਨੇ ਜਿਨ੍ਹਾਂ ਉੱਤੇ ਫਜ਼ਲ ਕੀਤਾ ਅੱਲਾਹ ਨੇ ਸਾਡੇ ਵਿੱਚੋਂ ਪਰ ਅੱਲਾਹ ਜਾਣਦਾ ਨਹੀਂ ਹੈ ਸ਼ੁਕਰਗੁਜ਼ਾਰਾਂ ਨੂੰ ਤੇ ਜਦ ਆਉਣ ਤੇਰੇ ਕੋਲ ਜਿਹੜੇ ਮੰਦੇ ਨੇ ਆਏ ਤਾਂ ਸਾਡੀਆਂ ਤਾਂ ਆਖੋ ਉਹਨਾਂ ਨੂੰ ਸ਼ਾਂਤੀ ਹੋਵੇ ਤੁਸਾਂ ਤੇ ਲਿਖੀ ਹੈ ਤੁਹਾਡੇ ਰੱਬ ਨੇ ਆਪਣੇ ਜਿਮੇ ਮਿਹਰ ਕਰਨੀ ਭਾਈ ਜਿੰਨ ਕੀਤੀ ਤੁਸਾਂ ਵਿੱਚੋਂ ਬੁਰੀਾਈ ਨਾਦਾਨੀ ਨਾਲ ਫਿਰ ਤੋਬਾ ਕੀਤੀ ਪਿੱਛੇ ਉਸ ਦੇ ਤੇ ਸੁਆਰਿਆ ਤਾਂ ਉਹ ਜ਼ਰੂਰ ਬਖਸ਼ਣਹਾਰ ਮਿਹਰਬਾਨ ਹੈ ਤੇ ਇਸੇ ਤਰ੍ਹਾਂ ਅਸੀਂ बार-ਬਾਰ ਬਿਆਨ ਕਰਦੇ ਆਂ ਨਿਸ਼ਾਨੀਆਂ ਨਾਲੇ ਤਾਂ ਜੋ ਜ਼ਾਹਿਰ ਹੋ ਜਾਏ ਰਾਗ ਨਗਾਰਾਂ ਦਾ ਤੁਸੀਂ ਆਖੋ ਮੈਨੂੰ ਵਰਜ ਦਿੱਤਾ ਏ ਜੋ ਮੈਂ ਪੂਜਾਂ ਜਿਨ੍ਹਾਂ ਨੂੰ ਸਾਦੇਓ ਸਵਾਹ ਅੱਲਾ ਦੇ ਤੇ ਆਖੋ ਮੈਂ ਨਹੀਂ ਤੁਰਦਾ ਤੁਹਾਡੀ ਮਰਜ਼ੀ ਉਤੇ ਅਗਰ ਮੈਂ ਇੰਜ ਕੀਤਾ ਤਾਂ ਦਰਾਂ ਭੁੱਲ ਚੁਕਾ ਤੇ ਨਾ ਹੋਇਆ ਮੈਂ ਰਾਪਿਆ ਹੋਇਆ ਥੀ ਨਾਲੇ ਆਖੋ ਮੇਰੇ ਕੋਲ ਜ਼ਰੂਰ ਪੱਕੀ ਦਲੀਲ ਏ ਮੇਰੇ ਰੱਬ ਵੱਲੋਂ ਤੇ ਤੁਸਾਂ ਉਸ ਨੂੰ ਛੁਟਲਾਇਆ ਏ ਮੇਰੇ ਕੋਲ ਨਹੀਂ ਜੋ ਸ਼ਤਾਬੀ ਮੰਗਦੇ ਹੋ ਕਿਸੇ ਦਾ ਹੁਕਮ ਨਹੀਂ ਬਾਝ ਅੱਲਾ ਦੇ ਦਰوست ਆਖਦਾ ਹੈ ਤੇ ਉਹ ਚੰਗਾ ਇਹ ਨਿਆ ਕਰਨ ਵਾਲਿਆਂ ਵਿੱਚੋਂ ਤੁਸੀਂ ਆਖੋ ਜੇ ਕਦੇ ਮੇਰੇ ਕੋਲ ਹੁੰਦਾ ਜੋ ਸ਼ਤਾਬੀ ਮੰਗਦੇ ਹੋ ਤਾਂ ਨਿਬੜ ਜਾਣ ਦੀ ਗੱਲ ਮੇਰੇ ਤੇ ਤੁਹਾਡੇ ਵਿੱਚ ਤੇ ਅੱਲਾਹ ਖੂਬ ਜਾਣਦਾ ਹੈ ਦਲਮਾਨੂ ਕਿ ਉਸੇ ਦੇ ਕੋਲ ਨੇ ਕੁੰਜੀਆਂ ਗਾਇਬ ਦੀਆਂ ਤੇ ਕੋਈ ਨਹੀਂ ਜਾਣਦਾ ਉਹਨੂੰ ਬਾਹਰ ਉਹਦੇ ਤੇ ਜਾਣਦਾ ਹੈ ਜੋ ਕੁਝ ਖੁਸ਼ਕੀ ਤੇ ਸਮੁੰਦਰ ਵਿੱਚ ਤੇ ਨਹੀਂ ਛੱਡਦਾ ਕੋਈ ਪੱਤਰ ਪਰ ਜਾਣਦਾ ਹੈ ਉਸ ਨੂੰ ਤੇ ਨਾ ਕੋਈ ਦਾਣਾ ਵਿੱਚ ਹਨੇਰਿਆਂ ਪਰਦਿਆਂ ਜ਼ਮੀਨ ਦੇ ਤੇ ਨਾ ਗਿੱਲਾ ਤੇ ਨਾ ਸੁੱਕਾ ਪਰ ਲਿਖਿਆ ਹੈ ਰੋਸ਼ਨ ਕਿਤਾਬ ਵਿੱਚ ਤੇ ਉਹ ਹੋਈਏ ਜਿਹੜਾ ਰੂਹਾਂ ਕਬਜ਼ ਕਰਦਾ ਹੈ ਤੁਹਾਡੀਆਂ ਹਰ ਰਾਤੀ ਤੇ ਜਾਣਦਾ ਹੈ ਜੋ ਕਮਾਇਆ ਹੈ ਜੇ ਦਿਨੇ ਫੇਰ ਉਠਾਂਦਾ ਹੈ ਤੁਹਾਨੂੰ ਦਿਨ ਵਿੱਚ ਤਾਂ ਪੂਰੀ ਹੋਵੇ ਮੁੱਦਤ ਉਮਰ ਦੀ ਛਰਾਈ ਹੋਈ ਫੇਰ ਉਸੇ ਵਲ ਮੁਰਨਾ ਤੁਹਾਡਾ ਫੇਰ ਜਿਤਾਏਗਾ ਤੁਹਾਨੂੰ ਜੋ ਤੁਸੀਂ ਕਰਦੇ ਸੋ ਉਸ ਦਾ ਜ਼ੋਰ ਚੱਲਦਾ ਹੈ ਆਪਣੇ ਬੰਦੇ ਉਤੇ ਤੇ ਛੱਡਦਾ ਹੈ ਤੁਸਾਂ ਉੱਤੇ ਨਿਗੇਬਾਨ ਇੱਥੋਂ ਤੱਕ ਜੋ ਜਦ ਆਈ ਕਿਸੇ ਤੁਹਾਡੇ ਨੂੰ ਮੌਤ ਪੂਰਾ ਕੀਤਾ ਉਹਨੂੰ ਸਾਡੇ ਭੇਜਿਆ ਹੋਇਆ ਨੇ ਤੇ ਉਹ ਜ਼ਰਾ ਕਸੂਰ ਨਹੀਂ ਕਰਦੇ ਫੇਰ ਮੋੜੇ ਜਾਣਗੇ ਅੱਲਾ ਵਲ ਜੋ ਮਾਲਕ ਹੈ ਉਹਨਾਂ ਦਾ ਸੱਚਾ ਸੁਣ ਰੱਖੋ ਉਸੇ ਹੀ ਦਾ ਹੁਕਮ ਹੈ ਤੇ ਉਹ ਸ਼ਤਾਬੀ ਲਿਖ ਲੈਣ ਵਾਲਾ ਹੈ ਹਬੀਬ ਤੁਸੀਂ ਆਖੋ ਕੌਣ ਬਚਾਂਦਾ ਹੈ ਤੁਹਾਨੂੰ ਜੰਗਲ ਤੇ ਸਮੁੰਦਰ ਦੀਆਂ ਸ਼ਕਤੀਆਂ ਤੋਂ ਜਿਸ ਨੂੰ ਸਾਦੇ ਉਹ ਜ਼ਾੜੀ ਨਾਲ ਗਿਰਗੜਾ ਕੇ ਤੇ ਹੌਲੀ-ਹੌਲੀ ਜੇ ਬਚਾ ਦਿੱਤੋ ਸਾਨੂੰ ਇਸ ਬਲਾ ਤੋਂ ਤਾਂ ਅਸੀਂ ਹੋਵਾਂਗੇ ਸ਼ੁਕਰਗੁਜ਼ਾਰਾਂ ਵਿੱਚੋਂ ਹਬੀਬ ਤੁਸੀਂ ਆਖੋ ਅੱਲਾ ਬਚਾਉਂਦਾ ਤੁਹਾਨੂੰ ਉਸ ਤੋਂ ਤੇ ਹਰ ਸ਼ਕਤੀੋਂ ਫਿਰ ਤੁਸੀਂ ਦੂਜਿਆਂ ਨੂੰ ਉਹਦਾ ਸ਼ਰੀਕ ਬਣਾਉਂਦੇ ਹੋ ਤੁਸੀਂ ਆਖੋ ਉਸ ਦਾ ਵਸ ਚੱਲਦਾ ਹੈ ਇਸ ਉੱਤੇ ਜੋ ਭੇਜੇ ਤੁਸਾਂ ਉੱਤੇ ਅਜ਼ਾਬ ਤੁਹਾਡੇ ਉਤਲੇ ਵੱਲੋਂ ਜਾਂ ਤੁਹਾਡੇ ਪੈਰਾਂ ਦੇ ਹੇਠੋਂ ਜਾਂ ਕਰ ਦੇ ਤੁਹਾਨੂੰ ਧੜੇ ਧੜੇ ਤੇ ਚਖਾਵੇ ਮਜ਼ਾ ਇਕਨਾਂ ਨੂੰ ਲੜਾਈ ਦਾ ਇਕਨਾਂ ਦੀ ਵੇਖ ਕਿਸਤੇ ਅਸੀਂ ਬਾਰ-ਬਾਰ ਬਿਆਨ ਕਰਨੇ ਆਇਆ ਤਾਂ ਤਾਂ ਉਹ ਸਮਝ ਲੈਣ ਤੇ ਛੁੱਟ ਆਇਆ ਉਸ ਨੂੰ ਤੇਰੀ ਕੌਮ ਨੇ ਹਾਲਾਂਕਿ ਉਹ ਹਕੀਕਤ ਹੈ ਤੁਸੀਂ ਆਖੋ ਮੈਂ ਕੋਈ ਤੁਹਾਡਾ ਰਾਖਾ ਨਹੀਂ ਹਰ ਗੱਲ ਦਾ ਇੱਕ ਵਕਤ ਵੱਜ ਚੁੱਕਾ ਹੈ ਤੇ ਅੱਗੋਂ ਜਾਣ ਲਾਓਗੇ ਅੰਜਾਮ ਤੇ ਜਦ ਵੇਖੇ ਤੂੰ ਜਿਹੜੇ ਬਕਦੇ ਨੇ ਸਾਡੀਆਂ ਆਇਤਾ ਬਾਰੇ ਤਾਂ ਕਿਨਾਰਾ ਕਰੋ ਉਹਨਾਂ ਤੋਂ ਇਥੋਂ ਤੀਕ ਜੋ ਬਕਣਾ ਸ਼ੁਰੂ ਕਰਨ ਕੋਈ ਹੋਰ ਹੀ ਗੱਲ ਹੈ ਜੇ ਭੁਲਾ ਦੇ ਤੈਨੂੰ ਸ਼ੈਤਾਨ ਤਾਂ ਨਾ ਬੈਠ ਪਿੱਛੇ ਯਾਦ ਆਉਣੇ ਦੇ ਕੋ ਲੋਕਾਂ ਜ਼ਾਲਮਾਂ ਦੇ ਤੇ ਨਹੀਂ ਇਹ ਬਚਨ ਵਾਲਿਆਂ ਉੱਤੇ ਉਹਨਾਂ ਦੇ ਹਿਸਾਬੋਂ ਕੁਝ ਵੀ ਪਰ ਨਸੀਹਤ ਕਰਨਾ ਸ਼ਾਇਦ ਉਹ ਗਲਤ ਟੁਰਨ ਤੋਂ ਬਚ ਜਾਣ ਤੇ ਛੱਡ ਦੇ ਉਹਨਾਂ ਨੂੰ ਜਿਨ੍ਹਾਂ ਚਿਹਰਾ ਆਇਆ ਦੀਨ ਆਪਣਾ ਖੇਡ ਤੇ ਤਮਾਸ਼ਾ ਤੇ ਧੋਖਾ ਦਿੱਤਾ ਉਹਨਾਂ ਨੂੰ ਦੁਨੀਆਂ ਦੇ ਜੀਉਣੇ ਨੇ ਤੇ ਮਤ ਦਿਓ ਇਸ ਕੁਰਾਨ ਨਾਲ ਤਾਂ ਕੋਈ ਵੱਜ ਨਾ ਜਾਏ ਆਪਣੇ ਕਰਤੂਤਾਂ ਦੇ ਬਦਲੇ ਇਸ ਹਾਲ ਵਿੱਚ ਜੇ ਨਹੀਂ ਉਹਦਾ ਸਵਾਲ ਅੱਲਾ ਦੇ ਕੋਈ ਹਮਾਇਤੀ ਤੇ ਨਾ ਸ਼ਫਾਤ ਕਰਨ ਵਾਲਾ ਤੇ ਜੇ ਚੱਟੀ ਦੇ ਹਰ ਤਰ੍ਹਾਂ ਦੀ ਚੱਟੀ ਕੋਈ ਨਾ ਲੈ ਉਸ ਤੋਂ ਉਹੋ ਨੇ ਜਿਹੜੇ ਵੱਜ ਗਏ ਬਦਲੇ ਆਪਣੀ ਕਮਾਈ ਦੇ ਉਹਨਾਂ ਦੇ ਪੀਨ ਲਈਏ ਪਾਣੀ ਛਰਦਾ ਤੇ ਮਾਰੇ ਦੁੱਖ ਦੇ ਬਦਲੇ ਉਹਨਾਂ ਦੀ ਬੇਈਮਾਨੀ ਕਰਦੇ ਰਹਿਣ ਦੇ ਅ ਹਬੀਬ ਆਖੋ ਨੇ ਅਸੀਂ ਕਿਉਂ ਸਦੀਏ ਸਵਾਲ ਅੱਲਾ ਦੇ ਉਸ ਨੂੰ ਜੋ ਨਫਾ ਦੇ ਸਾਨੂੰ ਤੇ ਨਾ ਨੁਕਸਾਨ ਕਰੇ ਸਾਡਾ ਤੇ ਪਹੁੰਚਾਈਏ ਆਪਣੇ ਪਿਛਲੇ ਪੈਰੀ ਪਿੱਛੇ ਇਸ ਦੇ ਜੋ ਰਾਹ ਪਾਇਆ ਸਾਨੂੰ ਅੱਲਾ ਨੇ ਉਹਦੇ ਵਾਂਗੂ ਜਿਸ ਨੂੰ ਪੁਲਾ ਦਿੱਤਾ ਪੂਤਨਿਆਂ ਨੇ ਜੰਗਲ ਵਿੱਚ ਹੈਰਾਨ ਫਿਰਦਾ ਉਹਦੇ ਸਾਥੀ ਨੇ ਸਾਦੇ ਉਹ ਨੂੰ ਰਾਹ ਵੱਲ ਆ ਸਾਡੇ ਵੱਲ ਹਬੀਬ ਤੁਸੀਂ ਆਖੋ ਜ਼ਰੂਰ ਅੱਲਾ ਦਾ ਦਸਿਆ ਰਾਹੀ ਸਿੱਧਾ ਰਾਹ ਹੈ ਤੇ ਸਾਨੂੰ ਹੁਕਮ ਹੋਇਆ ਹੈ ਜੋ ਤਾਬੇ ਰਹੀਏ ਜਗ ਦੇ ਪਾਲਣ ਵਾਲੇ ਦੇ ਤੇ ਇਹ ਜੋ ਦਰੁਸਤ ਪੜੋ ਨਮਾਜ਼ ਤੇ ਬਚਦੇ ਰਹੋ ਉਸ ਤੋਂ ਤੇ ਉਹੋ ਹੀ ਹੈ ਜਿਸ ਵੱਲ ਇਕੱਠੇ ਹੋਣਾ ਜੇ ਤੇ ਉਹੋ ਹੀ ਹੈ ਜਿਨ ਪੈਦਾ ਕੀਤੇ ਅਸਮਾਨ ਤੇ ਜ਼ਮੀਨ ਠੀਕ ਤਰ੍ਹਾਂ ਨਾਲ ਤੇ ਜਿਸ ਦਿਨ ਆਖੇਗਾ ਅਸ਼ਰ ਨੂੰ ਹੋ ਜਾ ਹੋ ਜਾਏਗਾ ਫਰਮਾਨ ਉਹਦਾ ਸੱਚ ਹੈ ਤੇ ਉਸੇ ਦੀ ਬਾਦਸ਼ਾਹੀ ਹੈ ਜਿਸ ਦਿਨ ਫੂਕ ਵੱਜੇਗੀ ਕਰਨਾ ਵਿੱਚ ਜਾਣਨ ਵਾਲਾ ਗਾਇਬ ਤੇ ਜ਼ਾਹਿਰ ਦਾ ਤੇ ਉਹੋ ਹੀ ਹਕਮਤ ਵਾਲਾ ਖਬਰਦਾਰ ਹੈ ਤੇ ਜਦ ਆਖਿਆ ਇਬਰਾਹੀਮ ਨੇ ਆਪਣੇ ਪਿਓ ਆਜ਼ਰ ਨੂੰ ਕਿਉਂ ਬਣਾਣਾ ਹੈ ਬੁੱਤਾਂ ਨੂੰ ਮਾਬੂਦ ਮੈਂ ਵੇਖਣਾ ਤੈਨੂੰ ਤੇ ਤੇਰੀ ਕੌਮ ਨੂੰ ਸਾਫ ਕੋਰਾ ਪਏ ਹੋਏ ਤੇ ਇਸੇ ਤਰ੍ਹਾਂ ਅਸੀਂ ਬਖਾਨੇ ਸਾਂ ਇਬਰਾਹੀਮ ਨੂੰ ਬਾਦਸ਼ਾਹੀ ਅਸਮਾਨਾਂ ਤੇ ਜ਼ਮੀਨ ਦੀ ਨਾਲੇ ਤਾਂ ਜੋ ਹੋ ਜਾਵੇ ਯਕੀਨ ਕਰਨ ਵਾਲਿਆਂ 'ਚ ਫਿਰ ਜਦ ਨੀਰਾ ਕੀਤਾ ਉਸ ਉੱਤੇ ਰਾਤ ਨੇ ਵੇਖਿਓ ਸੂ ਇੱਕ ਤਾਰਾ ਆਖਿਓ ਸੂ ਇਹ ਮੇਰਾ ਰੱਬ ਏ ਫਿਰ ਜਦ ਡੁੱਬ ਗਿਆ ਆਖਿਓ ਸੂ ਮੈਨੂੰ ਨਹੀਂ ਬਹਾਉਂਦੇ ਡੁੱਬ ਜਾਣ ਵਾਦੇ ਫਿਰ ਜਦ ਦੇ ਵੇਖਿਓ ਸੁ ਚੰਨ ਚਮਕਦਾ ਆਖਿਓ ਸੁ ਇਹ ਮੇਰਾ ਰੱਬ ਏ ਫਿਰ ਜਦ ਡੁੱਬ ਗਿਆ ਆਖਿਓ ਸੁ ਜੇ ਨਾ ਰਾਹ ਪਾਂਦਾ ਮੈਨੂੰ ਮੇਰਾ ਰੱਬ ਤਾਂ ਜ਼ਰੂਰ ਮੈਂ ਹੋ ਜਾਂਦਾ ਲੋਕਾਂ ਕੋਹਰਾ ਪਿਆ ਹੋਇਆ ਥੀ ਫਿਰ ਜਦ ਵੇਖਿਓ ਸੁ ਸੂਰਜ ਚਮਕਦਾ ਆਖਿਓ ਸੁ ਇਹ ਮੇਰਾ ਰੱਬ ਏ ਇਹ ਸਭ ਨਾਲੋਂ ਵੱਡਾ ਏ ਫਿਰ ਜਦ ਡੁੱਬ ਗਿਆ ਆਖਿਓ ਸੁ ਇਹ ਮੇਰੀ ਕੌਮ ਮੈਂ ਉਸ ਤੋਂ ਬੇਜ਼ਾਰ ਹਾਂ ਜਿਸ ਨੂੰ ਅੱਲਾਹ ਦੇ ਬਰਾਬਰ ਕਰਦੇਓ ਮੈਂ ਆਪਣਾ ਮੂੰਹ ਕੀਤਾ ਉਸ ਵੱਲ ਜਿਨ ਪੈਦਾ ਕੀਤੀ ਆਸਮਾਨ ਤੇ ਜ਼ਮੀਨ ਇੱਕ ਵੱਲਾ ਹੋ ਕੇ ਤੇ ਨਹੀਂ ਮੈਂ ਸ਼ਿਰਕ ਕਰਨ ਵਾਲਿਆਂ ਥੀ ਤੇ ਝਗੜੀ ਉਹਦੇ ਨਾਲ ਕੌਮ ਆਉਦੀ ਆਖਿਓ ਸੁ ਕਿਉਂ ਝਗੜਦੇ ਹੋ ਮੇਰੇ ਨਾਲ ਅੱਲਾਹ ਉਤੋਂ ਤੇ ਮੈਨੂੰ ਉਹ ਰਾਹ ਪਾ ਚੁਕਾ ਹੈ ਤੇ ਮੈਂ ਉਸ ਤੋਂ ਨਹੀਂ ਡਰਦਾ ਜਿਸ ਨੂੰ ਉਹ ਦੇ ਬਰਾਬਰ ਕਰਦੇ ਹੋ ਪਰ ਜੋ ਕੁਝ ਮੇਰਾ ਰੱਬ ਚਾਹੇ ਸਮਾ ਗਈ ਹੈ ਹਰ ਸ਼ੈ ਮੇਰੇ ਰੱਬ ਦੇ ਇਲਮ ਵਿੱਚ ਕਿਉਂ ਫਿਰ ਮਤ ਨਹੀਂ ਲੈਂਦੇ ਹੋ ਤੇ ਮੈਂ ਕੀ ਘ ਡਰਾਂ ਉਸ ਤੋਂ ਜਿਸ ਨੂੰ ਅੱਲਾ ਦਾ ਸ਼ਰੀਕ ਬਣਾਉਂਦੇ ਹੋ ਤੇ ਤੁਸੀਂ ਨਹੀਂ ਡਰਦੇ ਹੋ ਭਾਈ ਤੁਸੀਂ ਜ਼ਰੂਰ ਬਰਾਬਰ ਕੀਤਾ ਉਹਨੂੰ ਅੱਲਾ ਨਾਲ ਜਿਸ ਦੇ ਬਰਾਬਰ ਹੋਣ ਦੀ ਨਹੀਂ ਉਤਾਰੀ ਤੁਸੀਂ ਉਸ ਉੱਤੇ ਕੋਈ ਦਲੀਲ ਫੇਰ ਕਿਹੜਾ ਦੋ ਅਫਰੀਕਾਂ ਵਿੱਚੋਂ ਵਧੇਰਾ ਹਕਦਾਰ ਹੈ ਅਮਨ ਦਾ ਜੇ ਤੁਸੀਂ ਜਾਣਦੇ ਹੋ ਜਿਨ੍ਹਾਂ ਮੰਨਿਆ ਤੇ ਨਹੀਂ ਜਲਾਇਆ ਆਪਣੇ ਮੰਨਣ ਨੂੰ ਸ਼ਿਰਕ ਨਾਲ ਉਹ ਨਹੀਂ ਜਿਨ੍ਹਾਂ ਲਈ ਅਮਨ ਨੇ ਤੇ ਉਹ ਸਿੱਧੇ ਰਾਹ ਪਏ ਹੋਏ ਨੇ ਤੇ ਇਹ ਹੀ ਸਾਡੀ ਦਲੀਲ ਹੈ ਜਿਹੜੀ ਅਸੀਂ ਦਿੱਤੀ ਇਬਰਾਹੀਮ ਨੂੰ ਉਹਦੀ ਕੌਮ ਦੇ ਸਾਹਮਣੇ ਉੱਚਾ ਕਰ ਦਿੰਦੇ ਆਂ ਦਰਜੇ ਜਿਸ ਨੂੰ ਚਾਹਣਿਆ ਤੇਰਾ ਰੱਬ ਜ਼ਰੂਰ ਹਕਮਤ ਵਾਲਾ ਜਾਣਨ ਵਾਲਾ ਹੈ ਤੇ ਬਖਸ਼ਿਆ ਅਸਾਂ ਉਹਨੂੰ ਇਸਹਾਕ ਤੇ ਯਾਕੂਬ ਹਾਰਿਕ ਨੂੰ ਰਾਹ ਪਾਇਆ ਅਸਾਂ ਤੇ ਨੂਨ ਨੂੰ ਰਾਹ ਪਾਇਆ ਅਸਾਂ ਇਹਦੋਂ ਪਹਿਲੇ ਤੇ ਉਹਦੀ ਔਲਾਦ ਵਿੱਚ ਦੌਦ ਤੇ ਸੁਲੈਮਾਨ ਤੇ ਈਯੂਬ ਤੇ ਯੂਸਫ ਤੇ ਮੂਸਾ ਤੇ ਹਾਰੂਨ ਤੇ ਇਸੇ ਤਰ੍ਹਾਂ ਸੀ ਬਦਲਾ ਦਿੰਨੇ ਆ ਨੇਕਾਂ ਨੂੰ ਕਿ ਜ਼ਕਰੀਆ ਤੇ ਯਹੀਆ ਤੇ ঈਸਾ ਤੇ ਇlias ਨੂੰ ਰਾਹ ਪਾਇਆ ਉਹ ਸਾਰੇ ਸਨ ਭਲੇ ਲੋਕਾਂ ਸੀ ਤੇ ਇਸਮਾਇਲ ਤੇ ਅਲੀਯਸਾ ਤੇ ਯੂਨਸ ਤੇ ਲੂਤ ਨੂੰ ਵੀ ਤੇ ਹਰ ਇੱਕ ਨੂੰ ਅਸਾਂ ਬੜੀ ਆਈ ਦਿੱਤੀ ਸਾਰੇ ਜਾਗ ਉਤੇ ਤੇ ਇਕਨਾਂ ਨੂੰ ਉਹਨਾਂ ਦੇ ਬਾਪਾਂ ਤੇ ਉਹਨਾਂ ਦੀ ਔਲਾਦ ਤੇ ਉਹਨਾਂ ਦੇ ਭਰਾਵਾਂ ਵਿੱਚੋਂ ਨਵਾਜ਼ਿਆ ਤੇ ਪਸੰਦ ਕੀਤਾ ਅਸਾਂ ਉਹਨਾਂ ਨੂੰ ਤੇ ਪਾਇਆ ਅਸਾਂ ਉਹਨਾਂ ਨੂੰ ਰਾਹ ਸਿੱਧੇ ਇਹ ਹੀ ਹਦਾਇਤ ਅੱਲਾ ਦੀ ਟੋਰਦਾ ਏ ਇਸ ਉੱਤੇ ਜਿਸ ਨੂੰ ਚਾਹੇ ਆਪਣੇ ਬੰਦਿਆਂ ਵਿੱਚੋਂ ਤੇ ਜੇ ਕਦੇ ਸ਼ਿਰਕ ਕਰਦੇ ਤਾਂ ਉਗਤ ਜਾਂਦਾ ਉਹਨਾਂ ਦਾ ਜੋ ਨੇਕ ਕੰਮ ਕਰਦੇ ਸਨ ਉਹੋ ਨੇ ਜਿਨ੍ਹਾਂ ਨੂੰ ਅਸਾਂ ਦਿੱਤੀ ਕਿਤਾਬ ਤੇ ਸ਼ਰਾ ਤੇ ਪੈਗੰਬਰੀ ਫੇਰ ਜੇ ਨਾ ਮੰਨਣ ਇਹਨਾਂ ਗੱਲਾਂ ਨੂੰ ਇਹ ਲੋਕ ਤਾਂ ਅਸਾਂ ਤਿਆਰ ਕੀਤੇ ਨੇ ਇਹਨਾਂ ਲਈ ਹੋਰ ਲੋਕ ਜੋ ਨਹੀਂ ਹੈ ਇਹਨਾਂ ਦੇ ਮੁਨਕਰ ਉਹ ਨਹੀਂ ਜਿਨ੍ਹਾਂ ਨੂੰ راہ ਪਾਇਆ ਅੱਲਾ ਨੇ ਸੋ ਤੂੰ ਵੀ ਉਹਨਾਂ ਦੇ ਰਾਹ ਤੋਰ اے ਹਬੀਬ ਤੁਸੀਂ ਆਖੋ ਮੈਂ ਨਹੀਂ ਮੰਗਦਾ ਤੁਸਾਂ ਤੋਂ ਕੋਈ ਮਜ਼ਦੂਰੀ ਨਹੀਂ ਹੈ ਪਰ ਨਸੀਹਤ ਸਾਰੇ ਜੱਗ ਲਈ ਤੇ ਕਦਰ ਨਹੀਂ ਨਾ ਜਾਂਦੀ ਅੱਲਾ ਦੀ ਜਈ ਉਹਦੀ ਕਦਰ ਹੈ ਜਦ ਆਖਿਓ ਨੇ ਨਹੀਂ ਉਤਾਰਿਆ ਅੱਲਾ ਨੇ ਕਿਸੇ ਬੰਦੇ ਬਸ਼ਰ ਉੱਤੇ ਕੁਝ ਵੀ ਉਹਨਾਂ ਨੂੰ ਪੁੱਛੋ ਕਿਨੂੰ ਤਾਰੀ ਉਹ ਕਿਤਾਬ ਜਿਹੜੀ ਲਿਆਇਆ ਸੀ موسیٰ ਚਾਨਣ ਤੇ ਹਦਾਇਤ ਲੋਕਾਂ ਲਈ ਜਿਸ ਨੂੰ ਕਰ ਦਿਓ ਵਰਕ-ਵਰਕ ਜਿਸ ਨੂੰ ਕੁਝ ਜ਼ਾਹਿਰ ਕਰ ਦਿਓ ਤੇ ਬਹੁਤ ਕੁਝ ਛੁਪਾ ਜਾਂਦੇ ਹੋ ਕੁਰਾਨ ਤੇ ਇਸ ਪੈਗੰਬਰ ਦੇ ਵਸੀਲੇ ਨਾਲ ਸਿਖਾਇਆ ਗਿਆ ਜੇ ਉਹ ਇਲਮ ਜੋ ਨਹੀਂ ਜਾਣਦੇ ਸੋ ਤੁਸੀਂ ਜਿੰਨਾ ਤੁਹਾਡੇ ਪਿਓ ਦਾਦੇ ਤੂੰ ਆਖ ਅੱਲਾ ਨੇ ਫਿਰ ਛੱਡ ਉਹਨਾਂ ਨੂੰ ਉਹਨਾਂ ਦੇ ਬਕਬਕਾ ਵਿੱਚ ਖੇਡਦੇਆਂ ਨੂੰ ਤੇ ਇੱਕੇ ਕਿਤਾਬ ਹੈ ਜਿਸ ਨੂੰ ਅਸਾਂ ਉਤਾਰਿਆ ਹੈ ਬੜੀ ਖੈਰ ਵਾਲੀ ਹੈ ਬਰਕਤ ਵਾਲੀ ਸੱਚ ਆਖਦੀ ਹੈ ਆਪ ਤੋ ਅਗਲੀ ਨੂੰ ਨਾਲੇ ਤਾਂ ਇਸ ਨਾਲ ਜੋ ਤੁਸੀਂ ਡਰਾਵੋ ਮੱਕੇ ਵਾਲਿਆਂ ਨੂੰ ਤੇ ਜੋ ਉਸ ਦੇ ਦਵਾਲੇ ਤੇ ਜਿਹੜੇ ਮੰਦੇ ਨੇ ਆਖਰਤ ਨੂੰ ਉਹ ਮੰਦੇ ਨੇ ਇਸ ਕਿਤਾਬ ਨੂੰ ਤੇ ਉਹ ਆਪਣੀਆਂ ਨਮਾਜ਼ਾਂ ਦੀ ਨਿਗਰਾਨੀ ਕਰਦੇ ਨੇ ਤੇ ਉਸ ਨਾਲੋਂ ਬਦੇਰਾ ਜ਼ਾਲਮ ਕੌਣ ਹੈ ਜਿਨ ਜੋੜਿਆ ਅੱਲਾ ਉੱਤੇ ਝੂਠ ਜਾਂ ਆਖਿਆ ਮੇਰੇ ਵੱਲ ਹੁਕਮ ਉਤਰਿਆ ਹੈ ਤੇ ਉਤਰਿਆ ਉਹਦੇ ਵੱਲ ਕੁਝ ਵੀ ਨਹੀਂ ਤੇ ਜਿਨ ਆਖਿਆ ਮੈਂ ਹੁਣੇ ਉਤਾਰ ਦੇਣਾ ਉਹ ਜਿਆ ਜੋ ਉਤਾਰਿਆ ਅੱਲਾ ਨੇ ਤੇ ਜੇ ਕਦੇ ਤੁਸੀਂ ਵੇਖੋ ਜ਼ਾਲਮ ਮੌਤ ਦੀਆਂ ਬੇਹੋਸ਼ੀਆਂ ਵਿੱਚ ਨੇ ਤੇ ਫਰਿਸ਼ਤੇ ਪਸਾਰ ਰਹੇ ਨੇ ਆਪਣੇ ਹੱਥ ਜੇ ਕੱਡੋ ਆਪਣੀਆਂ ਜਾਨਾਂ ਅਜ ਸਜ਼ਾ ਪਾਓਗੇ ਪੰਢੀ ਦੀ ਮਾਰ ਬਦਲੇ ਉਸ ਦੇ ਜੋ ਆਖਦੇ ਸੋ ਅੱਲਾ ਉੱਤੇ ਨਾਕ ਗੱਲਾ ਤੇ ਉਸ ਦੀਆਂ ਆਇਤਾਂ ਦੇ ਮਨ ਨੂੰ ਉਚਾਈ ਕਰਦੇ ਸੋ ਜ਼ਰੂਰ ਆਇਓ ਤੁਸੀਂ ਸਾਡੇ ਕੋਲ ਕਲਮ ਕੱਲੇ ਜੋ ਪੈਦਾ ਕੀਤਾ ਸੀ ਅਸਾਂ ਤੁਹਾਨੂੰ ਕੱਲਾ ਤੇ ਛੱਡ ਆਇਓ ਆਪਣੇ ਮਗਰ ਪਿੱਛੇ ਜੋ ਦਿੱਤਾ ਸੀ ਅਸਾਂ ਤੁਹਾਨੂੰ ਤੇ ਨਜ਼ਰ ਨਹੀਂ ਆਉਂਦੇ ਸਾਨੂੰ ਤੁਸਾਂ ਨਾਲ ਤੁਹਾਡੇ ਸ਼ਹਾਦਤ ਕਰਨ ਵਾਲੇ ਜਿਨ੍ਹਾਂ ਨੂੰ ਗੁਮਾਨ ਕੀਤਾ ਸੀ ਜੇ ਭਾਈ ਉਹਨਾਂ ਦਾ ਤੁਹਾਡੇ ਵਿੱਚ ਹਿੱਸਾ ਹੈ ਕੰਮ ਬਣਾਉਣ ਵਿੱਚ ਜ਼ਰੂਰ ਟੁੱਟ ਗਿਆ ਮੇਲ ਤੁਹਾਡਾ ਤੇ ਭੁੱਲ ਗਿਆ ਤੁਹਾਨੂੰ ਜੋ ਤੁਸੀਂ ਗੁਮਾਨ ਕਰਦੇ ਸੋ ਅੱਲਾਹ ਇਹ ਫਟਾਣੇ ਵਾਲਾ ਦਾਣੇ ਤੇ ਗਿਟਕਦਾ ਕਰਦਾ ਹੈ ਜ਼ਿੰਦੇ ਨੂੰ ਮਰਦੇ ਵਿੱਚ ਤੇ ਕੱਢਣ ਵਾਲਾ ਹੈ ਮਰਦੇ ਨੂੰ ਜ਼ਿੰਦੇ ਵਿੱਚੋਂ ਇਹ ਜੇ ਅੱਲਾ ਫਿਰ ਕਿੱਧਰ ਪਾਉ ਪਇਓ ਫਟਾਣੇ ਵਾਲਾ ਪੌਦਾ ਤੇ ਬਣਾਈ ਸੁ ਰਾਤ ਆਰਾਮ ਲਈ ਤੇ ਸੂਰੀ ਤੇ ਚੰਦ ਦਾ ਹਿਸਾਬ ਮੁਕਰਰ ਕੀਤਾ ਸੋ ਇਹ ਹੀ ਮਿੱਠਿਆ ਜ਼ੋਰ ਆਵਰ ਜਾਣਕਾਰ ਦਾ ਕਿ ਉਹ ਹੀ ਏ ਜਿਨ ਬਣਾਏ ਤੁਸਾਂ ਲਈ ਤਾਰੇ ਤਾਂ ਰਾਹ ਲੱਭੋ ਉਹਨਾਂ ਨਾਲ ਵਿੱਚ ਹਨੇਰਿਆਂ ਜੰਗਲ ਤੇ ਸਮੁੰਦਰ ਦੇ ਵੱਖਰੇ ਵੱਖਰੇ ਬਿਆਨ ਕੀਤੇ ਆ ਸਾ ਪਤੇ ਜਾਣਨ ਵਾਲਿਆਂ ਲੋਕਾਂ ਲਈ ਕਿ ਉਹੋ ਹੀ ਜਿਹਨ ਪੈਦਾ ਕੀਤਾ ਤੁਹਾਨੂੰ ਇੱਕੋ ਜਾਨ ਤੋਂ ਫਿਰ ਕਿਤੇ ਤੇ ਤੁਹਾਡੇ ਠਹਿਰਨ ਦਾ ਥਾਂ ਹੈ ਤੇ ਕਿਤੇ سپੁਰਦ ਹੁੰਦਾ ਹੈ ਵੱਖਰੇ ਵੱਖਰੇ ਬਿਆਨ ਕੀਤੇ ਨੇ ਅਸਾਂ ਪਤੇ ਸੋਚ ਵਾਲਿਆਂ ਲਈ ਕਿ ਉਹੋ ਹੀ ਜਿਹਨ ਉਤਾਰਿਆ ਅਸਮਾਨੋਂ ਪਾਣੀ ਫਿਰ ਕੱਢੀ ਅਸਾਂ ਉਸ ਨਾਲ ਲੰਗੂਰੀ ਹਰ ਕਾਸੇ ਦੀ ਫਿਰ ਕੱਢੀ ਅਸਾਂ ਉਸ ਤੋਂ ਹਰੀਆਵਲ ਕੱਢਨੇ ਆਸੀ ਉਸ ਦੀ ਦਾਣੇ ਤਹਿ ਬਥੇ ਤੇ ਖਜੂਰ ਤੋਂ ਉਸ ਦੇ ਗੱਬੇ ਨਾਲ ਗੁੱਛੇ ਨੇ ਝੁਕੇ ਹੋਏ ਤੇ ਕੱਢੇ ਬਾਗ ਅੰਗੂਰ ਦੇ ਤੇ ਕੱਢਿਆ ਜ਼ੈਤੂਨ ਤੇ ਅਨਾਰ ਆਪੇ ਵਿੱਚ ਰਲਦੇ ਮਿਲਦੇ ਫਲਾਂ ਵਾਲੇ ਤੇ ਨਾਂ ਮੇ ਰਲਦੇ ਮਿਲਦੇ ਵੀ ਨਜ਼ਰ ਕਰੋ ਉਹਦੇ ਫਲਵਰ ਜਦ ਫਲ ਲੱਗੇ ਤੇ ਉਹਦੇ ਪੱਕਣੇ ਵਲ ਇਸ ਵਿੱਚ ਜ਼ਰੂਰ ਪੱਤੇ ਜੇ ਮੰਨਣ ਵਾਲੇ ਲੋਕਾਂ ਲਈ ਤੇ ਠਹਿਰਾਇਓ ਨੇ ਅੱਲਾ ਦਾ ਸ਼ਰੀਕ ਜਿੰਨਾਂ ਨੂੰ ਹਾਲਾਂਕਿ ਉਸੇ ਉਹਨਾਂ ਨੂੰ ਪੈਦਾ ਕੀਤਾ ਸੀ ਤੇ ਕੱਢ ਲਿਓ ਨੇ ਉਹਦੇ ਲਈ ਪੁੱਤਰ ਤੇ ਧੀਆਂ ਬੇਇਲਮੀ ਦੇ ਤਰਾਂ ਉਹ ਬੇਅਬ ਤੇ ਉੱਚਾ ਹੈ ਉਸ ਤੋਂ ਜੋ ਬਿਆਨ ਕਰਦੇ ਨੇ ਨਵੇਂ sire ਬਣਾਉਣ ਵਾਲਾ ਆਸਮਾਨਾਂ ਤੇ ਜ਼ਮੀਨ ਦਾ ਕਿੱਥੋਂ ਹੋਵੇਗੀ ਉਹਦੀ ਔਲਾਦ ਨਾਲੇ ਨਹੀਂ ਉਹਦੀ ਕੋਈ بیوی ਤੇ ਪੈਦਾ ਕੀਤਾ ਸੂ ਹਰ ਕਾసే ਨੂੰ ਤੇ ਉਹ ਹਰ ਕਾసే ਦਾ ਜਾਨੂ ਹੈ ਇਹ ਜੇ ਅੱਲਾ ਰੱਬ ਤੁਹਾਡਾ ਉਸ ਬਿਨ ਕੋਈ ਪੂਜਾ ਦੇ ਲਾਇਕ ਨਹੀਂ ਪੈਦਾ ਕਰਨ ਵਾਲਾ ਹਰ ਕਾసే ਦਾ ਸੋ ਪੂਜੋ ਉਹਨੂੰ ਤੇ ਉਸੇ ਹੀ ਦੇ ਹਵਾਲੇ ਹੈ ਸਭ ਕੁਝ ਨਹੀਂ ਕਰਦੀਆਂ ਉਹਨੂੰ ਅੱਖੀਆਂ ਤੇ ਉਹ ਕੇ ਰੱਖਿਆਂ ਨੂੰ ਤੇ ਉਹ ਮਿਹਰਬਾਨ ਖਬਰਦਾਰ ਹੈ ਆ ਚੁਕੀਆਂ ਨੇ ਤੁਸਾਂ ਕੋਲ ਸੋਚਦੀਆਂ ਗੱਲਾਂ ਤੁਹਾਡੇ ਰੱਬ ਵੱਲੋਂ ਫਿਰ ਜਿਹੜਾ ਸੁਝਾਖਾ ਬਣਿਆ ਸੋ ਆਪਣੀ ਜਾਨ ਲਈ ਤੇ ਜਿਹੜਾ ਅੰਨ ਰਿਆ ਸੋ ਉਸੇ ਦੀ ਜਾਨ ਉੱਤੇ ਤੇ ਮੈਂ ਤੁਸਾਂ ਉੱਤੇ ਕੋਈ ਇਰਾਕਾ ਨਹੀਂ ਤੇ ਇਸੇ ਤਰ੍ਹਾਂ بار بار ਬਿਆਨ ਕਰਨੇ ਆ ਅਸੀਂ ਫਤਿਹ ਨਾਲੇ ਤਾਂ ਜੋ ਆਖਣ ਪੜ ਲਈ ਨਾਲੇ ਤਾਂ ਜੋ ਬਿਆਨ ਕਰੀ ਅਸੀਂ ਉਸ ਨੂੰ ਜਾਣਨ ਵਾਲੇ ਲੋਕਾਂ ਲਈ ਐ ਹਬੀਬ ਤੁਰੋ ਉਸ ਉੱਤੇ ਜੋ ਹੁਕਮ ਆਇਆ ਤੇਰੇ ਵੱਲ ਤੇਰੇ ਰੱਬ ਵੱਲੋਂ ਉਸ ਬਿਨ ਕੋਈ ਲਾਇਕ ਪੂਜਾ ਦੇ ਨਹੀਂ ਤੇ ਮੂੰਹ ਫੇਰ ਲਓ ਸ਼ਿਰਕ ਕਰਨ ਵਾਲਿਆਂ ਥੀ ਤੇ ਜੇ ਕਦੇ ਚਾਹਦਾ ਅੱਲਾ ਨਾ ਸ਼ਿਰਕ ਕਰ ਦੇ ਤੇ ਨਹੀਂ ਠਹਿਰਾਇਆ ਸਾਂ ਤੈਨੂੰ ਉਹਨਾਂ ਉੱਤੇ ਰੱਖਾ ਤੇ ਨਹੀਂ ਤੂੰ ਉਹਨਾਂ ਦਾ ਕੋਤਵਾਲ ਐ ਇਮਾਨ ਵਾਲਿਓ ਨਾ ਗਾਲੀ ਦਿਓ ਜਿਨ੍ਹਾਂ ਨੂੰ ਸਾਦੇ ਨੇ ਸਵਾਲ ਅੱਲਾ ਦੇ ਤਾਂ ਗਾਲੀ ਦੇਣਗੇ ਅੱਲਾ ਨੂੰ ਵਾਦਾ ਕਰਕੇ ਬੇਇਲਮੀ ਦੇ ਤਰ੍ਹਾਂ ਇਸ ਜਨਤਾ ਸੋਣਾ ਕਰ ਬਖਾਇਆ ਹਰ ਉਮਤਨ ਕਰਤਬੋਨਾ ਦਾ ਫਿਰ ਉਹਨਾਂ ਦੇ ਰੱਬ ਵੱਲ ਨੇ ਮੁਰਨਾ ਉਹਨਾਂ ਦਾ ਫਿਰ ਜਿਤਾਏਗਾ ਉਹਨਾਂ ਨੂੰ ਜੋ ਕਰਦੇ ਸਨ ਤੇ ਇਹ ਲੋਕ ਪੱਕੀਆਂ ਸੋਹ ਖਾ ਕੇ ਆਖਦੇ ਨੇ ਭਾਈ ਜੀ ਆਵੇਗੀ ਉਹਨਾਂ ਕੋਲ ਨਿਸ਼ਾਨੀ ਤਾਂ ਜ਼ਰੂਰ ਮੰਨਣਗੇ ਉਸ ਨੂੰ ਤੁਸੀਂ ਆਖੋ ਨਿਸ਼ਾਨੀਆਂ ਨੇ ਨਿਰੀਆਂ ਅੱਲਾਹ ਕੋਲ ਤੇ ਕਿਹਨੇ ਦੱਸਿਆ ਤੁਹਾਨੂੰ ਭਾਈ ਉਹ ਜਦ ਆਵੇਗੀ ਇਹ ਨਹੀਂ ਮੰਨਣਗੇ ਤੇ ਪਵਾ ਦੇਾਂਗੇ ਅਸੀਂ ਢੇਲੇ ਨਾਲ ਦੇ ਅੱਖੀਆਂ ਇਹਨਾਂ ਦੀਆਂ ਜਿਉਂ ਨਹੀਂ ਮੰਨਿਆ ਸਾਣੇ ਉਸ ਨੂੰ ਪਹਿਲੀ ਵਾਰੀ ਤੇ ਛੱਡ ਦਿਆਂਗੇ ਉਹਨਾਂ ਨੂੰ ਉਹਨਾਂ ਦੇ ਦੋ ਟੱਪਣੇ ਵਿੱਚ ਭਟਕਣੇ ਨੂੰ ਤੇ ਜੇ ਕਦੇ ਅਸੀਂ ਉਤਾਰਦੇ ਇਹਨਾਂ ਵਲ ਫਰਿਸ਼ਤੇ ਤੇ ਗੱਲਾਂ ਕਰਦੇ ਇਹਨਾਂ ਨਾਲ ਮੁਰਦੇ ਤੇ ਜਮਾ ਕਰ ਦਿੰਦੇ ਦੁਨੀਆਂ ਭਰ ਦੀਆਂ ਚੀਜ਼ਾਂ ਅਸੀਂ ਇਹ ਨਾ ਅੱਗੇ ਤਾਂ ਵੀ ਨਹੀਂ ਸਾਣੇ ਮੰਨਣਾ ਪਰ ਜੋ ਚਾਏ ਅੱਲਾ ਪਰ ਬਹੁਤੇ ਉਹਨਾਂ ਵਿੱਚੋਂ ਨਾਦਾਨੀ ਕਰਦੇ ਨੇ ਤੇ ਇਸੇ ਤਰ੍ਹਾਂ ਬਣਾਏ ਨੇ ਅਸਾਂ ਹਰ ਪੈਗੰਬਰ ਦੇ ਦੁਸ਼ਮਨ ਨੂੰ ਸ਼ੈਤਾਨ ਆਦਮੀ ਤੇ ਸ਼ੈਤਾਨ ਜਿੰਨ ਬਸ ਬਸਾ ਪਾਉਂਦੇ ਨੇ ਇੱਕ ਇੱਕ ਨੂੰ ખોટી ਗੱਲ ਦਾ ਧੋਖਾ ਦੇਣ ਲਈ ਤੇ ਜੇ ਕਦੇ ਚਾਹਦਾ ਰੱਬ ਤੇਰਾ ਨਾ ਕਰ ਦੇ ਇਹ ਕੰਮ ਸੋ ਛਾਡੋ ਉਹਨਾਂ ਨੂੰ ਤੇ ਉਹਨਾਂ ਦੇ ਝੂਠ ਜੋੜਨੇ ਨੂੰ ਨਾਲੇ ਤਾਂ ਜੋ ਚੁੱਕਣ ਹੋਸ ਵੱਲ ਦਿਲ ਉਹਨਾਂ ਦੇ ਜਿਹੜੇ ਨਹੀਂ ਮੰਨਦੇ ਆਖਰਤ ਨੂੰ ਨਾਲੇ ਤਾਂ ਜੋ ਪਸੰਦ ਕਰਨ ਉਸ ਨੂੰ ਨਾਲੇ ਤਾਂ ਜੋ ਕਰੀ ਜਾਣ ਜੋ ਕਰਤਬ ਉਹ ਕਰ ਰਹੇ ਨੇ ਭਲਾ ਫਿਰ ਸਵਾ ਅੱਲਾ ਦੇ ਮੈਂ ਟੁੰਡਾ ਕੋਈ ਮੁਨਸਿਫ ਤੇ ਉਹ ਹੀ ਹੈ ਜਿਹਨੂੰ ਉਤਾਰੀ ਤੁਸਾਂ ਵੱਲ ਕਿਤਾਬ ਜੁਦਾ ਜੁਦਾ ਬਿਆਨ ਕਰਕੇ ਤੇ ਜਿਨ੍ਹਾਂ ਨੂੰ ਅਸਾਂ ਦਿੱਤੀ ਕਿਤਾਬ ਉਹ ਜਾਣਦੇ ਨੇ ਭਈ ਇਹ ਜ਼ਰੂਰ ਉਤਰੀ ਹੋਈ ਏ ਤੇਰੇ ਰੱਬ ਵੱਲੋਂ ਸਹੀ ਸਹੀ ਸੋ ਤੂੰ ਨਾ ਹੋ ਸ਼ੱਕ ਕਰਨ ਵਾਲਿਆ ਮਿੱਚੋ ਪੂਰੀ ਤੇ ਮੁਕੰਮਲ ਹੈ ਗੱਲ ਤੇਰੇ ਰੱਬ ਦੀ ਸੱਚਾਈ ਤੇ ਇਨਸਾਫ ਵਿੱਚ ਕੋਈ ਬਦਲਣ ਵਾਲਾ ਨਹੀਂ ਉਹਦੀਆਂ ਗੱਲਾਂ ਨੂੰ ਤੇ ਉਹ ਸੁਣਦਾ ਜਾਣਦਾ ਹੈ ਹਬੀਬ ਦੇ ਜੇ ਆਖੇ ਲੱਗਿਓ ਬਹੁਤਿਆਂ ਦੇ ਉਹਨਾਂ ਵਿੱਚੋਂ ਜੋ ਜ਼ਮੀਨ ਵਿੱਚ ਨੇ ਪੁਲਾ ਦੇਣਗੇ ਤੈਨੂੰ ਅੱਲਾ ਦੇ ਰਾਹ ਨਹੀਂ ਮਗਰ ਤੁਰਦੇ ਨੇ ਪਰ ਜਾਣਦੇ ਤੇ ਹੋਰ ਕੁਝ ਵੀ ਨਹੀਂ ਉਹ ਪਰ ਅਟਕਲਾਂ ਦੜਾਂਦੇ ਨੇ ਜ਼ਰੂਰ ਤੇਰਾ ਰੱਬ ਹੀ ਖੂਬ ਜਾਣਦਾ ਏ ਉਸ ਨੂੰ ਜਿਹੜਾ ਭੁੱਲਿਆ ਉਹਦੇ ਰਹਾ ਤੇ ਉਹ ਖੂਬ ਜਾਣਦਾ ਹੈ ਰਾਹ ਪਿਆ ਹੋਇਆ ਨੂੰ ਸੋ ਖਾਓ ਉਸ ਵਿੱਚੋਂ ਜਿਸ ਉੱਤੇ ਲਿਆ ਨਾਮ ਅੱਲਾ ਦਾ ਜੇ ਤੁਸੀਂ ਉਹਦੀਆਂ ਆਇਤਾਂ ਦੇ ਮੰਨਣ ਵਾਲਿਓ ਤੇ ਕੀ ਹੈ ਤੁਹਾਨੂੰ ਜੋ ਨਾ ਖਾਓ ਉਸ ਵਿੱਚੋਂ ਜਿਸ ਉੱਤੇ ਲਿਆ ਨਾਮ ਅੱਲਾ ਦਾ ਨਾਲੇ ਜੁਦਾ ਜੁਦਾ ਬਿਆਨ ਕਰ ਚੁੱਕਾ ਹੈ ਤੁਸਾਂ ਲਈ ਜੋ ਹਰਾਮ ਕੀਤਾ ਸੂ ਤੁਸਾਂ ਉੱਤੇ ਪਰ ਜਿਸ ਦੀ ਤਰਫ ਤੁਸੀਂ ਲਾਚਾਰ ਹੋ ਜਾਓ ਬਹੁਤੇ ਲੋਕ ਜ਼ਰੂਰ ਰਾਹੋਂ ਭੁਲਾਉਂਦੇ ਨੇ ਆਪਣੇ ਮਨਾਂ ਦੀ ਚਾਹ ਨਾਲ ਬੇਇਲਮੀ ਦੇ ਤਰ੍ਹਾਂ ਜ਼ਰੂਰ ਤੇਰਾ ਰੱਬ ਵੀ ਖੂਬ ਜਾਣਦਾ ਹੈ ਹੱਦੋਂ ਟੱਪਣ ਵਾਲਿਆਂ ਨੂੰ ਤੇ ਛੱਡ ਦਿਓ ਜ਼ਾਹਿਰ ਗੁਨਾਹ ਤੇ ਛੁਪਿਆ ਯਾਨੀ ਕਾਫਰਾਂ ਦੇ ਬਕਾਲੇ ਨਾਲ ਨਾ ਜ਼ਾਹਿਰ ਵਿੱਚ ਅਮਲ ਕਰੋ ਤੇ ਨਾ ਦਿਲ ਵਿੱਚ ਸ਼ੁਭਾ ਰੱਖੋ ਜਿਹੜੇ ਖੱਟਦੇ ਨੇ ਗੁਨਾਹ ਉਹ ਜ਼ਰੂਰ ਸਜ਼ਾ ਪਾਣਗੇ ਉਸ ਦੀ ਜੋ ਕਮਾਉਂਦੇ ਰਹੇ ਨੇ ਤੇ ਨਾ ਖਾਓ ਉਸ ਵਿੱਚੋਂ ਜਿਸ ਤੇ ਨਹੀਂ ਲਿਆ ਨਾਮ ਅੱਲਾ ਦਾ ਤੇ ਉਹ ਜ਼ਰੂਰ ਬੇਫਰਮਾਨੀ ਹੈ ਤੇ ਸ਼ੈਤਾਨ ਜ਼ਰੂਰ ਵਸਵਸਾ ਪਾਉਂਦੇ ਨੇ ਆਪਣੇ ਯਾਰਾਂ ਨੂੰ ਤਾਂ ਝਗੜਨ ਤੁਸੀਂ ਨਾਲ ਤੇ ਜੇ ਤੁਸੀਂ ਆਖੇ ਲੱਗੇ ਉਹਨਾਂ ਦੇ ਤਾਂ ਤੁਸੀਂ ਵੀ ਸ਼ਿਰਕ ਕਰਨ ਵਾਲਿਓ ਭਲਾ ਤੇ ਜਿਹੜਾ ਮਰਦਾ ਸੀ ਪਹਿਲੇ ਫਿਰ ਜੁਵਾਇਆ ਅਸਾਂ ਉਹਨੂੰ ਤੇ ਕਰ ਦਿੱਤਾ ਅਸਾਂ ਉਹਨੂੰ ਚਾਨਣ ਲਈ ਫਿਰਦਾ ਹੈ ਉਸ ਨੂੰ ਲੋਕਾਂ ਵਿੱਚ ਉਹਦੇ ਵਾਂਗੂ ਹੈ ਜਿਸ ਦਾ ਇਹ ਹਾਲ ਹੈ ਜੋ ਹਨੇਰਿਆਂ ਵਿੱਚ ਨਹੀਂ ਨਿਕਲਣ ਜੋਗਾ ਉਹਨਾਂ ਤੋਂ ਇਸੇ ਤਰ੍ਹਾਂ ਸੋਣਾ ਦਸਿਆ ਆਇਆ ਈ ਬੇਈਮਾਨਾਂ ਨੂੰ ਜੋ ਕਰਤੱਵ ਕਰਦੇ ਸਨ ਤੇ ਇਸੇ ਤਰ੍ਹਾਂ ਸਾ ਕੀਤਾ ਈ ਹਰ ਵਸਤੀ ਵਿੱਚ ਉਥੋਂ ਦੇ ਬੜੇ-ਬੜੇ ਮੁਜਰਮਾਂ ਨੂੰ ਤਾਂ ਦਾਅ ਖੇਡਣ ਉਸ ਵਿੱਚ ਤੇ ਨਹੀਂ ਦਾਅ ਖੇਡਦੇ ਪਰ ਆਪਣੀਆਂ ਜਾਨਾਂ ਉੱਤੇ ਤੇ ਨਹੀਂ ਸਮਝਦੇ ਤੇ ਜਦ ਪਹੁੰਚੀ ਉਹਨਾਂ ਨੂੰ ਨਿਸ਼ਾਨੀ ਆਖਿਓ ਨੇ ਅਸਾਂ ਨਹੀਂ ਮੰਨਣਾ ਜਦ ਤੀਕ ਸਾਨੂੰ ਨਾ ਮਿਲੇ جو ملے اللہ دے پیغمبران اللہ خوب جان دا جتھے رکھے پیغمبری اپنی ہون پہنچے گی ہونا نو جنا گناہ کی تا خواری اللہ کول تے عذاب سخت بدلے ہو دے جو دا کھیڑ دے سن پھر جس نو چاہے اللہ را پانا کھول دن ہے سینہ او دا باستے اسلام دے تے جس نو چاہن دا ہے راں پلانا کر دن ہے سینہ او دا ڈاڈا تانگ جیوں روح او دی چڑ دیئے اسمانہ وچھ ਇਸੇ ਤਰ੍ਹਾਂ ਕਰਦੇ ਆਲਾ ਨਾਪਾਕੀ ਮੁਸਲਤ ਉਹਨਾਂ ਉੱਤੇ ਜਿਹੜੇ ਨਹੀਂ ਮੰਨਦੇ ਤੇ ਇਹ ਰਾਹ ਹੈ ਤੇਰੇ ਰੱਬ ਦਾ ਸਿੱਧਾ ਜੁਦਾ ਜੁਦਾ ਬਿਆਨ ਕੀਤੀਆਂ ਨੇ ਅਸਾਂ ਨਿਸ਼ਾਨੀਆਂ ਧਿਆਨ ਕਰਨ ਵਾਲਿਆਂ ਲੋਕਾਂ ਲਈ ਉਹਨਾਂ ਲਈ ਘਾਰੇ ਸਲਾਮਤੀ ਦਾ ਉਹਨਾਂ ਦੇ ਰੱਬ ਕੋਲ ਤੇ ਉਹ ਮਦਦਗਾਰ ਹੈ ਉਹਨਾਂ ਦਾ ਬਦਲੇ ਉਸ ਦੇ ਜੋ ਕਰਦੇ ਨੇ ਕਿ ਜਿਸ ਦਿਨ ਇਕੱਠਾ ਕਰੇਗਾ ਉਹਨਾਂ ਸਭ ਨੂੰ ਆਖੇਗਾ ਇਹ ਟੋਲੇ ਸ਼ੈਤਾਨ ਦੇ ਤੁਸੀਂ ਬਹੁਤ ਲੈ ਲੈ ਇਨਸਾਨ ਤੇ ਆਖਿਆ ਉਹਨਾਂ ਦੇ 11 ਇਨਸਾਨਾਂ ਨੇ ਸਾਡੇ ਰੱਬਾ ਕੰਮ ਤੋਰ ਲਿਆ ਸਾ ਇਕਣਾ ਨੇ ਇਕਣਾ ਨਾਲ ਤੇ ਪਹੁੰਚੀ ਅਸੀਂ ਵੈਦਿਆ ਆਪਣੇ ਨੂੰ ਜਿਹੜਾ ਠਹਿਰਾਇਆ ਸੀ ਤੂੰ ਸਾਡੇ ਲਈ ਫਰਮਾਇਆ ਅੱਗੇ ਟਿਕਾਣਾ ਤੁਹਾਡਾ ਸਦਾ ਰਹਿਣ ਵਾਲੇ ਉਸ ਵਿੱਚ ਪਰ ਜਿਤਨਾ ਚਾਹੇ ਅੱਲਾ ਤੇਰਾ ਰਬ ਜ਼ਰੂਰ ਹਕਮਤ ਵਾਲਾ ਹੈ ਜਾਣਨ ਵਾਲਾ ਤੇ ਇਸੇ ਤਰ੍ਹਾਂ ਅਸੀਂ ਸਸਤੀ ਬਣਾ ਦੇਨੇ ਆ ਇਕ ਨਾ ਜ਼ਾਦਮਾਨੂ ਇਕ ਨਾ ਦੇ ਬਦਲੇ ਉਸ ਕਰਤਬ ਦੇ ਜੋ ਕਰਦੇ ਰਹਿੰਦੇ ਨੇ ਦੱਸੋ ਹਾਂ ਐ ਟੋਲੇ ਜਿੰਨਾ ਤੇ ਆਦਮੀਆਂ ਦੇ ਭਲਾ ਪਹੁੰਚੇ ਨਹੀਂ ਸੰਤ ਤੁਸਾਂ ਨੂੰ ਪੈਗੰਬਰ ਤੁਹਾਡੇ ਵਿੱਚੋਂ ਬਿਆਨ ਕਰਦੇ ਤੁਸਾਂ ਅੱਗੇ ਆਏ ਤਾਂ ਮੇਰੀਆਂ ਤੇ ਡਰਾਂਦੇ ਤੁਹਾਨੂੰ ਮਿਲਨੇ ਦਿਨ ਤੁਹਾਡੇ ਇਸ ਅੰਜਾਮ ਦੇ ਆਖਿਓ ਨੇ ਅਸਾਂ ਮੰਨੇ ਗੁਨਾਹ ਆਪਣੇ ਤੇ ਧੋਖਾ ਦਿੱਤਾ ਸੀ ਉਹਨਾਂ ਨੂੰ ਦੁਨੀਆ ਦੇ ਜਿਉਣੇ ਨੇ ਗੋਇਈ ਦਤੀਓ ਨੇ ਆਪਣੇ ਉੱਤੇ ਖੁਦ ਪਈ ਉਹ ਬੇਈਮਾਨ ਸਨ ਇਹ ਇਸ ਵਾਸਤੇ ਜੋ ਨਹੀਂ ਹੈ ਰੱਬ ਤੇਰਾ ਬਰਬਾਦ ਕਰਦਾ ਵਸਤੀਆਂ ਨੂੰ ਨਾਲ ਜ਼ੁਲਮ ਦੇ ਜਦ ਰਹਿਣੇ ਵਾਲੇ ਉਹਨਾਂ ਦੇ ਬੇਖਬਰ ਹੋਣ ਤੇ ਹਰ ਕਿਸੇ ਲਈ ਦਰਜੇ ਨੇ ਆਪਣੀ ਕਮਾਈ ਤੋਂ ਤੇ ਤੇਰੇ ਰੱਬ ਨੂੰ ਕੁਝ ਭੁੱਲਾ ਨਹੀਂ ਜੋ ਕਰਦੇ ਨੇ ਤੇ ਤੇਰਾ ਰੱਬ ਬੇਪਰਵਾਹ ਹੈ ਮਿਹਰਬਾਨਾ ਜੇ ਚਾਏ ਲੇ ਜਾਏ ਤੁਹਾਨੂੰ ਤੇ ਤੁਹਾਡੇ ਥਾਂ ਲਿਆਵੇ ਤੁਹਾਡੇ ਪਿੱਛੋਂ ਜਿਸ ਨੂੰ ਚਾਏ ਜੋ ਪੈਦਾ ਕੀਤਾ ਸੂ ਤੁਹਾਨੂੰ ਹੋਰ ਲੋਕਾਂ ਦੀ ਔਲਾਦ ਤੋਂ ਜੋ ਤੁਹਾਨੂੰ ਵਾਦਾ ਮਿਲਦਾ ਹੈ ਜ਼ਰੂਰ ਆਉਣਾ ਹੈ ਤੇ ਨਹੀਂ ਤੁਸੀਂ ਅੱਲਾ ਨੂੰ ਹੈਰਾਨ ਜੋਗੇ ਹਬੀਬ ਤੁਸੀਂ ਆਖੋ ਇਹ ਮੇਰੀ ਕੌਮ ਕੰਮ ਕਰੀ ਜਾਓ ਆਪਣੀ ਜਗ੍ਹਾ ਤੇ ਆਪਣੀ ਜਗ੍ਹਾ ਮੈਂ ਵੀ ਕਰਨਾ ਫਿਰ ਅੱਗੋਂ ਜਾਣ ਲੋਗੇ ਕਿਸ ਦਾ ਭਲਾ ਹੋਣਾ ਹੈ ਔੜਕ ਦਾ ਕਰ ਗੱਲ ਇਹ ਹੈ ਜੋ ਮੁਰਾਦ ਨਹੀਂ ਪਾਉਂਦੇ ਜ਼ਾਲਮ ਟਿੱਠਾ ਰਾਂਦੇ ਨੇ ਅੱਲਾ ਦਾ ਉਹਦੀ ਪੈਦਾ ਕੀਤੀ ਪਹਿਲੀ ਚ ਡੰਗਲਾਂ ਵਿੱਚੋਂ ਇੱਕ ਹਿੱਸਾ ਫਿਰ ਆਖਦੇ ਨੇ ਇਹ ਅੱਲਾ ਦਾ ਏ ਆਪਣੇ ਗੁਮਾਨ ਵਿੱਚ ਤੇ ਇਹ ਸਾਡੇ ਸ਼ਰੀਕਾਂ ਦਾ ਹੈ ਫਿਰ ਜੋ ਵੀ ਉਹਨਾਂ ਦੇ ਸ਼ਰੀਕਾਂ ਦਾ ਹੈ ਉਹ ਨਹੀਂ ਪਹੁੰਚਦਾ ਅੱਲਾ ਵੱਲ ਤੇ ਜੋ ਵੀ ਅੱਲਾ ਦਾ ਹੈ ਉਹ ਪਹੁੰਚਦਾ ਹੈ ਉਹਨਾਂ ਦੇ ਸ਼ਰੀਕਾਂ ਵੱਲ ਕਿਆ ਬੁਰਾ ਹੈ ਜੋ ਇਨਸਾਫ ਕਰਦੇ ਨੇ ਤੇ ਇਸੇ ਤਰ੍ਹਾਂ ਸੋਹਣਾ ਕਰ ਬਖਾਇਆ ਜੀ ਬਹੁਤ ਸ਼ਿਰਕ ਕਰਨ ਵਾਲਿਆਂ ਨੂੰ ਆਪਣੀ ਔਲਾਦ ਮਾਰਨੀ ਉਹਨਾਂ ਦੇ ਸ਼ਰੀਕਾਂ ਨੇ ਯਾਨੀ ਸ਼ੈਤਾਨਾਂ ਨੇ ਜਿੰਨਾ ਵਸਵਸਾ ਪਾਇਆ ਯਾ ਪੇਸ਼ਵਾਵਾਂ ਨੇ ਜਿੰਨਾ ਇਹ ਰਸਮ ਕੱਢੀ ਤਾਂ ਬਰਬਾਦ ਕਰਨ ਉਹਨਾਂ ਨੂੰ ਨਾਲੇ ਤਾਂ ਜੋ ਰਲਾ ਪਾਣ ਉਹਨਾਂ ਉੱਤੇ ਉਹਨਾਂ ਦੇ دین ਵਿੱਚ ਤੇ ਜੇ ਕਦੇ ਚਾਹਦਾ ਅੱਲਾ ਨਾ ਕਰ ਦੇ ਇਹ ਕੰਮ ਸੋ ਛੱਡ ਉਹਨਾਂ ਨੂੰ ਤੇ ਉਹਨਾਂ ਦੇ ਝੂਠ ਜੋੜਨ ਨੂੰ ਤੇ ਆਖਦੇ ਨੇ ਇਹ ਡੰਗਰ ਤੇ ਪਹਿਲੀਆਂ ਮਹਿਫੂਜ਼ ਨੇ ਕੋਈ ਨਾ ਖਾਏ ਇਸ ਨੂੰ ਪਰ ਜਿਸ ਨੂੰ ਅਸੀਂ ਚਾਹੀਏ ਆਪਣੇ ਗਮਾਨ ਨਾਲ ਹਾਲਾਂਕਿ ਇਹ ਗੱਲ ਆਖਦੇ ਨੇ ਆਪਣੇ ਗਮਾਨ ਨਾਲ ਤੇ ਇੱਕ ਡੰਗਰ ਨੇ ਜਿੰਨਾ ਉੱਤੇ ਸਵਾਰੀ ਕਰਨਾ ਹਰਾਮ ਹੋਇਆ ਹੈ ਤੇ ਇੱਕ ਡੰਗਰ ਨੇ ਜਿੰਨਾ ਦੇ ਜ਼ਬਾ ਉੱਤੇ ਯਾਦ ਨਹੀਂ ਕਰਦੇ ਨਾਮ ਅੱਲਾ ਦਾ ਝੂਠ ਜੋੜ ਕੇ ਅੱਲਾ ਉੱਤੇ ਉਹਨੇ ਸਜ਼ਾ ਦੇਗਾ ਉਹਨਾਂ ਨੂੰ ਉਹਨਾਂ ਦੇ ਝੂਠ ਜੋੜਦਿਆਂ ਰਹਿੰਦੇ ਤੇ ਆਖਦੇ ਨੇ ਜੋ ਇਹਨਾਂ ਡੰਗਰਾਂ ਦੇ ਪੇਟ ਪਿੱਛੇ ਨੇੜਾ ਸਾਡੇ ਮਰਦਾਂ ਲਈ ਤਿਹਰਾਮ ਸਾਡੀਆਂ ਔਰਤਾਂ ਉੱਤੇ ਤੇ ਜੇ ਮਰਦਾ ਹੋਵੇ ਤਾਂ ਉਸ ਦੇ ਖਾਣੇ ਵਿੱਚ ਦੋਵੇਂ ਹਿੱਸੇਦਾਰ ਨੇ ਅਨਕਰੀਬ ਸਜ਼ਾ ਦੇਗਾ ਉਹਨਾਂ ਨੂੰ ਉਹਨਾਂ ਦੇ ਗੱਲਾਂ ਦੀ ਉਹ ਜ਼ਰੂਰ ਹਕਮਤ ਵਾਲਾ ਜਾਣਨ ਵਾਲਾ ਹੈ ਜ਼ਰੂਰ ਘਾਟਾ ਪਾਇਆ ਜਿੰਨਾ ਮਾਰੀ ਆਪਣੀ ਔਲਾਦ ਮੂਰਖ ਪੜੇ ਨਾਲ ਬੇਇਲਮੀ ਦੇ ਤਰ੍ਹਾਂ ਤਿਹਰਾਮ ਕੀਤਾ ਜੋ ਦਿੱਤਾ ਸੀ ਉਹਨਾਂ ਨੂੰ ਅੱਲਾ ਨੇ ਝੂਠ ਜੋੜ ਕੇ ਅੱਲਾ ਉੱਤੇ ਜ਼ਰੂਰ ਰਹਾਉ ਪੁੱਲੇ ਤੇ ਨਾ ਹੋਏ ਰਾਹ ਪੈਣ ਵਾਲੇ ਤੇ ਉਹ ਹੀ जिन्ने पैदा ਕੀਤੇ ਬਾਗ ਛਪਰਾ ਉੱਤੇ ਚੜੇ ਹੋਏ ਤੇ ਨਾ ਚੜੇ ਹੋਏ ਛਪਰਾ ਉੱਤੇ ਤੇ ਖਜੂਰ ਤੇ ਖੇਤੀ ਜੁਦਾ ਜੁਦਾ ਨੇ ਫਲ ਉਸਦੇ ਤੇ ਜ਼ੈਤੂਨ ਤੇ ਅਨਾਰ ਰਲਦੇ ਮਿਲਦੇ ਸੂਲਤ ਸ਼ਕਲ ਵਿੱਚ ਤੇ ਨਾ ਰਲਦੇ ਮਿਲਦੇ ਮਜ਼ੇ ਵਿੱਚ ਖਾਓ ਫਲ ਉਸਦੇ ਜੀ ਜਦ ਫਲ ਲੱਗੇ ਤੇ ਦਿਓ ਹੱਕ ਉਸਦਾ ਦਿਨ ਉਸਦੀ ਬਾੜੀ ਦੇ ਤੇ ਬੇਜਾ ਨਾ ਖਰਚੋ ਓਨੂੰ ਨਹੀਂ ਪਾਉਂਦੇ ਬੇਜਾ ਖਰਚਣੇ ਵਾਲੇ ਇਹ ਪੈਦਾ ਕੀਤੇ ਡੰਗਰਾਂ ਵਿੱਚੋਂ ਪਾਰ ਜੋਗੇ ਜਿਉਂ ਉਠ ਤੇ ਬੈਲ ਤੇ ਵਿਛਣ ਜੋਗੇ ਜਿਉਂ ਪੇੜ ਬੱਕਰੀ ਜਿਨੂੰ ਬਿਛਾ ਕੇ ਜਿਵਾ ਕਰਦੇ ਨੇ ਖਾਓ ਅੱਲਾ ਦੇ ਦਿੱਤੇ ਵਿੱਚੋਂ ਤੇ ਮਗਰ ਨਾ ਤੁਰੋ ਸ਼ੈਤਾਨ ਦੇ ਕਦਮਾਂ ਦੇ ਉਹ ਤੁਹਾਡਾ ਦੁਸ਼ਮਣ ਹੈ ਖੁੱਲਾ ਪੈਦਾ ਕੀਤੇ ਅਠ ਨਰ ਮਾਦੇ ਪੇੜ ਛਤਰਾ ਦੋ ਕਿਸਮ ਦੇ ਤੇ ਬੱਕਰੀ ਬਕਰਾ ਦੋ ਕਿਸਮ ਦੇ ਇਹ ਹਬੀਬ ਤੁਸੀਂ ਆਖੋ ਪਹਿਲਾ ਦੋ ਨਰ ਹਰਾਮ ਕੀਤੇ ਸੂ ਜਾਂ ਦੋ ਮਾਦੀਆਂ ਜਾਂ ਬੱਚੇ ਜਿਸ ਨੂੰ ਆਪਣੇ ਅੰਦਰ ਪਾਇਆ ਹੈ ਦੋ ਮਾਦੀਆਂ ਦੇ ਢੱਡਾਂ ਨੇ ਦਸੋ ਮੈਨੂੰ ਕੋਈ ਸਨਦ ਜੇ ਤੁਸੀਂ ਸੱਚੇ ਹੋ ਤੇ ਉਠ ਉਠਨੀ ਦੋ ਤੇ ਗਾਈ ਬੈਲ ਦੋ ਤੇ ਪੁੱਛੋ ਭਲਾ ਦੋ ਨਾਰਾ ਰਾਮ ਕੀਤੇ ਸੂ ਜਾਂ ਦੋ ਮਾਦੀਆਂ ਜਾਂ ਬੱਚੇ ਜਿਸ ਨੂੰ ਆਪਣੇ ਅੰਦਰ ਪਾਇਆ ਦੋ ਮਾਦੀਆਂ ਦੇ ਢਿੱਡਾਂ ਨੇ ਜਾਂ ਤੁਸੀਂ ਸਾਹਮਣੇ ਸੋ ਜਦ ਅੱਲਾ ਨੇ ਤੁਹਾਨੂੰ ਇਸ ਦੀ ਤਾਕੀਦ ਕੀਤੀ ਸੀ ਫਿਰ ਉਸ ਨਾਲੋਂ بڑا ਜ਼ਾਲਮ ਕੌਣ ਹੈ ਜਿਨ ਜੋੜਿਆ ਅੱਲਾ ਉਤੇ ਝੂਠ ਤਾਂ ਰਾਹੋਂ ਪੁਲਾਵੇ ਲੋਕਾਂ ਨੂੰ ਬੇ ਇਲਮੀ ਦੇ ਤਰਾਂਡ ਅੱਲਾ ਜ਼ਰੂਰ ਰਾਹ ਨਹੀਂ ਪਾਉਂਦਾ ਜ਼ਾਲਮ ਲੋਕਾਂ ਨੂੰ ਐ ਹਬੀਬ ਤੁਸੀਂ ਆਖੋ ਮੈਂ ਨਹੀਂ ਮਲੂਮ ਕਰਦਾ ਉਹ ਚਿਲਮ ਵਿੱਚ ਜੋ ਉਤਰਿਆ ਮੇਰੇ ਵੱਲ ਕੁਝ ਹਰਾਮ ਕਿਸੇ ਖਾਣ ਵਾਲੇ ਉੱਤੇ ਜੋ ਖਾਵੇ ਉਸ ਨੂੰ ਪਰ ਜੋ ਹੋਵੇ ਮਰਦਾਰ ਜਾਂ ਲਹੂ ਵਗਿਆ ਹੋਇਆ ਜਾਂ ਗੋਸ਼ਤ ਸੂਰ ਦਾ ਕਿਉਂਕਿ ਉਹ ਹਰਾਮ ਹੈ ਜਾਂ ਹੋਵੇ ਫਿਸਕ ਦੀ ਚੀਜ਼ ਜੋ ਮਸ਼ਹੂਰ ਕੀਤੀ ਗਈ ਅੱਲਾ ਦੇ ਸਿਵਾ ਹੋਰੀ ਦੇ ਨਾਮ ਦੀ ਫਿਰ ਜਿਹੜਾ ਲਾਚਾਰ ਹੋ ਕੇ ਖਾ ਲੇ ਨਾ ਬੇਹੁਕਮੀ ਕਰਦਾ ਤੇ ਨਾ ਦੋ ਟੱਪਦਾ ਤਾਂ ਤੇਰਾ ਰੱਬ ਜ਼ਰੂਰ ਬਖਸ਼ਣਾਰ ਮਿਹਰਬਾਨ ਹੈ ਤੇ ਉਦਿਆਂ ਉਂ ਤੇ ਅਸਾਂ ਹਰਾਮ ਕੀਤੀ ਸੀ ਹਰ ਚੀਜ਼ ਮਿਲੀਆਂ ਹੋਈਆਂ ਉਂਗਲੀਆਂ ਵਾਲੀ ਤੇ ਗਾਈ ਬੈਰ ਤੇ ਪੇਟ ਪਕੜੀ ਦੀ ਚਰਬੀ ਹਰਾਮ ਕੀਤੀ ਐਸਾ ਉਹਨਾ ਉਤੇ ਪਰ ਜੋ ਲੱਗੀ ਹੋਵੇ ਉਹਨਾਂ ਦੀਆਂ ਪਿੱਠਾਂ ਨਾਲ ਜਾਂ ਆਂਦਰਾ ਨਾਲ ਜਾਂ ਜੋ ਮਿਲੀ ਹੋਵੇ ਹੱਡੀ ਨਾਲ ਇਹ ਅਸਾਂ ਸਜ਼ਾ ਦਿੱਤੀ ਸੀ ਉਹਨਾਂ ਨੂੰ ਉਹਨਾਂ ਦੇ ਬੇਹਕਮੀ ਉਤੋਂ ਤੇ ਅਸੀਂ ਜ਼ਰੂਰ ਸੱਚੇ ਫੇਰ ਜੇ ਝੂਠ ਲਾਵਨ ਤੈਨੂੰ ਇਹ ਬੇਬ ਤਾਂ ਆਖਦੇ ਰੱਬ ਤੁਹਾਡਾ ਖੁੱਲੇ ਮਿਹਰ ਵਾਲਾ ਹੈ ਤੇ ਨਹੀਂ ਮੁਰਦਾ ਅਜ਼ਾਬ ਹੋਦਾ ਗੁਨਾਹਗਾਰ ਲੋਕਾਂ ਨੂੰ ਹੁਣ ਸ਼ਰਕ ਕਰਨ ਵਾਲੇ ਆਖਣਗੇ ਜੇ ਕਦੀ ਚਾਹਦਾ ਅਲਾ ਨਾ ਸ਼ਰਕ ਕਰਦੇ ਅਸੀਂ ਤੇ ਨਾ ਪਿਉ ਦਦੇ ਸਾਡੇ ਤੇ ਨਾ ਹਰਾਮ ਕਰਦੇ ਅਸੀਂ ਕੋਈ ਚੀਜ਼ ਐਸੇ ਤਰ੍ਹਾਂ ਛੁਟਰਾਇਆ ਸੀ ਇਹ ਨਾ ਤੋਂ ਅਗਲਿਆਂ ਨੇ ਵੀ ਇੱਥੋਂ ਤੀਕ ਜੋ ਚਖਿਓ ਨੇ ਅਜ਼ਾਬ ਸਾਡਾ ਤੁਸੀਂ ਆਖੋ ਭਲਾ ਤੁਸਾਂ ਕੋਲ ਕੁਝ ਇਲਮ ਵੀ ਹੈ ਤਾਂ ਉਹ ਕੱਢੋ ਸਾਡੇ ਅੱਗੇ ਤੁਸੀਂ ਤੁਰਦੇ ਨਹੀਂ ਪਰ ਜ਼ਨ ਉਤੇ ਤੇ ਨਹੀਂ ਤੁਸੀਂ ਅਰ ਅਟਕਲ ਦੁੜਾਂਦੇ ਹੋ ਹਬੀਬ ਆਖੋ ਫਿਰ ਅੱਲਾ ਹੀ ਜੀਏ ਦਲੀਲ ਪੱਕੀ ਸੋ ਜੇ ਕਦੇ ਚਾਹਦਾ ਤਾਂ ਰਾ ਪਾਂਦਾ ਤੁਹਾਨੂੰ ਸਭ ਨੂੰ ਤੂੰ ਆਖੋ ਲਿਓ ਗੋ ਆਪਣੇ ਜਿਹੜੇ ਗਵਾਹੀ ਦੇਣ ਭਈ ਅੱਲਾ ਨੇ ਇਹ ਹਰਾਮ ਕੀਤੀ ਫਿਰ ਜੇ ਗਵਾਹੀ ਦੇ ਦੇਣ ਤਾਂ ਤੁਸੀਂ ਨਾ ਗਵਾਹੀ ਦਿਓ ਉਹਨਾਂ ਨਾਲ ਤੇ ਮਗਰ ਨਾ ਦੁਰੋ ਉਹਨਾਂ ਦੀ ਚਾਹ ਦੇ ਜਿਨ੍ਹਾਂ ਚੁਟਲਾਈਆਂ ਸਾਡੀਆਂ ਐ ਤਾਂ ਕਿ ਜਿਹੜੇ ਨਹੀਂ ਮੰਨਦੇ ਆਖਰਤ ਨੂੰ ਤੇ ਉਹ ਆਪਣੇ ਰੱਬ ਨਾਲ ਬਰਾਬਰ ਕਰਦੇ ਨੇ ਦੂਜਿਆਂ ਨੂੰ ਤੁਸੀਂ ਆਖੋ ਆਓ ਮੈਂ ਪੜਾਂ ਜੋ ਹਰਾਮ ਕੀਤਾ ਤੁਹਾਡੇ ਰੱਬ ਨੇ ਤੁਸਾਂ ਉੱਤੇ ਜੋ ਬਰਾਬਰ ਨਾ ਕਰੋ ਉਸ ਨਾਲ ਕਿਸੇ ਚੀਜ਼ ਨੂੰ ਤੇ ਜਣਦੇ ਆ ਨਾ ਇਹਸਾਨ ਕਰਨਾ ਤੰਗੀਆਂ ਡਰ ਕੇ ਨਾ ਮਾਰੋ ਔਲਾਦ ਆਪਣੀ ਅਸੀਂ ਰਿਜ਼ਕ ਦਿੰਨੇ ਆ ਤੁਹਾਨੂੰ ਤੇ ਉਹਨਾਂ ਨੂੰ ਵੀ ਦੇਾਂਗੇ ਤੇ ਨੇੜੇ ਨਾ ਜਾਓ ਬੇਸ਼ਰਮੀ ਦੇ ਕੰਮਾਂ ਦੇ ਜੋ ਉਹਨਾਂ ਵਿੱਚੋਂ ਜ਼ਾਹਿਰ ਹੈ ਤੇ ਜੋ ਛੁਪਿਆ ਹੋਇਆ ਤੇ ਨਾ ਮਾਰੋ ਓ ਜਾਨ ਜੋ ਹਰਾਮ ਕੀਤੀ ਅੱਲਾ ਨੇ ਪਰ ਹੱਕ ਨਾਲ ਏ ਜੇ ਜਿਸ ਦਾ ਤੁਹਾਨੂੰ ਹੁਕਮ ਕੀਤਾ ਸੋ ਤਾਂ ਤੁਸੀਂ ਅਕਲ ਕਰੋ ਤੇ ਨੇੜੇ ਨਾ ਜਾਓ ਯਤੀਮ ਦੇ ਮਾਲ ਦੇ ਪਰ ਉਸ ਤਰ੍ਹਾਂ ਨਾਲ ਜੋ ਸੋਣੀਏ ਜਦ ਤੀਕ ਪਹੁੰਚੇ ਨਾ ਆਪਣੀ ਜਵਾਨੀ ਨੂੰ ਪੂਰਾ ਕਰੋ ਟੋਪਾ ਤੇ ਤਰੱਕੜੀ ਇਨਸਾਫ ਨਾਲ ਅਸੀਂ ਕੰਮ ਨਹੀਂ ਦੱਸਦੇ ਕਿਸੇ ਨੂੰ ਪਰ ਉਹਦੀ ਤਾਕਤ ਸਿਰ ਤੇ ਜਦ ਗੱਲ ਕਰੋ ਤਾਂ ਇਨਸਾਫ ਕਰੋ ਭਾਵੇਂ ਜੇਕਰ ਕੋਈ ਹੋਵੇ ਸਾਕੇਦਾਰ ਤੇ ਇਕਰਾਰ ਅੱਲਾਹ ਦਾ ਪੂਰਾ ਕਰੋ ਇਹ ਜੇ ਜਿਦਾ ਤਾਨੂੰ ਹੁਕਮ ਕੀਤਾ ਸੋ ਤਾਂ ਤੁਸੀਂ ਮਤ ਲਓ ਤੇ ਜ਼ਰੂਰ ਆਖਿਆ ਹੈ ਜੋ ਇਹ ਮੇਰਾ ਰਾਹ ਹੈ ਸਿੱਧਾ ਸੋ ਇਸ ਉੱਤੇ ਤੁਰੋ ਤੇ ਨਾ ਤੁਰੋ ਕਿਸੇ ਦੂਸਰੇ ਰਾਹੀਂ ਫੇਰ ਉਹ ਜੁਦਾ ਕਰ ਦੇਣਗੇ ਤੁਹਾਨੂੰ ਉਹਦੇ ਰਾਹ ਇਹ ਜੇ ਜਿਸ ਦਾ ਹੁਕਮ ਕੀਤਾ ਸੋ ਤੁਹਾਨੂੰ ਤਾਂ ਤੁਸੀਂ ਬਚੋ ਫੇਰ ਆਖਨੇ ਆ ਜੋ ਦਿੱਤੀ ਸੀ ਅਸਾ موسی ਨੂੰ ਕਿਤਾਬ ਨੇਮਤ ਪੂਰੀ ਕਰਨ ਨੂੰ نیکی کرنوالے اتے تے جدا جدا بیان کرنو ہر چیز دا تے راہ پانے تے میر کرنے لئی تاں او اپنے رب دے ملن دا یقین کرن اے کتاب اساں اتاری اے برکت والی سو اے ستے ترو تے بچو تاں تساں اتے میر ہووے تاں نا آکھو پائی کتاب تے اتری سی نری دو امتاں اتے ساتھوں پہلے یعنی یہودیاں تے نسارہ اتے تے اسی اونا دے پڑھنے پڑھانے توں ضروری بے خبر ساں. ਯਾ ਨਾਖੋ ਜੇ ਕਦੇ ਸਾਡੇ ਉੱਤੇ ਉਤਰਦੀ ਕਿਤਾਬ ਤਾਂ ਅਸਾਂ ਉਹਨਾਂ ਨਾਲੋਂ ਵੀ ਖੂਬ ਰਾਸੇ ਲਾਉਣਾ ਸੀ ਸੋ ਆ ਚੁੱਕੀ ਤੁਸਾਂ ਕੋਲ ਸਾਫ਼ ਦਲੀਲ ਤੁਹਾਡੇ ਰੱਬ ਵੱਲੋਂ ਤੇ ਹਦਾਇਤ ਤੇ ਮਿਹਰ ਫਿਰ ਉਸ ਨਾਲੋਂ ਵੱਡਾ ਜ਼ਾਲਮ ਕੌਣ ਹੈ ਜਿਨੇ ਝੁੱਠਲਾਈਆਂ ਅੱਲਾਹ ਦੀਆਂ ਆਇਤਾਂ ਤੇ ਕਤਰਾ ਗਿਆ ਉਹਨਾਂ ਤੋਂ ਹੁਣ ਅਸੀਂ ਸਜ਼ਾ ਦੇਵਾਂਗੇ ਉਹਨਾਂ ਨੂੰ ਜਿਹੜੇ ਕਤਰਾ ਜਾਂਦੇ ਨੇ ਸਾਡੀਆਂ ਆਇਤਾਂ ਤੋਂ ਬੁਰਾ ਆਜ਼ਾਬ ਬਦਲੇ ਉਹਨਾਂ ਦੇ ਕਤਰਾਂਦਿਆਂ ਰਹਿਣ ਦੇ ਕੁਝ ਹੋਰ ਨਹੀਂ ਉਡੀਕਦੇ ਪਰ ਇਹ ਜੋ ਆਉਣ ਉਹਨਾਂ ਕੋਲ ਫਰਿਸ਼ਤੇ ਆਵੇ ਰੱਬ ਤੇਰਾ ਆਵੇ ਤੇਰੇ ਰੱਬ ਦੀ ਭੇਜੀ ਨਿਸ਼ਾਨੀਆਂ ਵਿੱਚੋਂ ਕੋਈ ਨਿਸ਼ਾਨੀ ਜਿਸ ਦਿਨ ਆਵੇਗੀ ਤੇਰੇ ਰੱਬ ਦੀ ਭੇਜੀ ਨਿਸ਼ਾਨੀਆਂ ਵਿੱਚੋਂ ਕੋਈ ਨਿਸ਼ਾਨੀ ਤਦ ਨਫਾ ਨਾ ਦੇਗਾ ਕਿਸੇ ਨੂੰ ਮੰਨਣਾ ਉਸ ਦਾ ਜਿਸ ਪਹਿਲੇ ਨਹੀਂ ਸੀ ਮੰਨਿਆ ਜਾਂ ਨਹੀਂ ਸੀ ਖੱਟੀ ਆਪਣੇ ایمان ਵਿੱਚ ਕੁਝ ਨੇਕੀ ਤੁਸੀਂ ਆਖੋ ਤੁਸੀਂ ਵੀ ਉਡੀਕੋ ਅਸੀਂ ਵੀ ਜ਼ਰੂਰ ਉਡੀਕਨੇ ਆਂ ਜਿਨ੍ਹਾਂ ਫੁੱਟ ਪਾਈਏ ਆਪਣੇ ਦੀਨ ਵਿੱਚ ਤੇ ਹੋ ਗਏ ਧੜੇ ਧੜੇ ਨਹੀਂ ਤੂੰ ਉਹਨਾਂ ਦੇ ਲਿਖਿਓ ਕਿਸੇ ਗੱਲ ਵਿੱਚ ਉਹਨਾਂ ਦਾ ਕੰਮ ਹਵਾਲੇ ਹੈ ਨੇਰੇ ਅੱਲਾ ਦੇ ਫਿਰ ਜਿਤਾਏਗਾ ਉਹਨਾਂ ਨੂੰ ਜੋ ਕਰਦੇ ਸਨ ਜਿਹੜਾ ਲਿਆਇਆ ਇੱਕ ਨੇਕੀ ਤਾਂ ਉਹਦੇ ਲਈ ਨੇ ਦਸ ਉਹੋ ਜੀਆਂ ਤੇ ਜਿਹੜਾ ਲਿਆਇਆ ਇੱਕ ਬੁਰੀਾਈ ਸੋ ਨਾ ਤਦਾ ਪਾਏਗਾ ਪਰ ਉਹਦੇ ਜਿੰਨੀ ਤੇ ਉਹਨਾਂ ਨਾਲ ਜ਼ੁਲਮ ਨਹੀਂ ਹੋਏਗਾ ਤੂੰ ਆਖ ਮੈਨੂੰ ਰਾ ਪਾਇਆ ਮੇਰੇ ਰੱਬ ਨੇ ਸਿੱਧੇ ਰਾ دین صحیح دین ابراہیم دے جو ایک طرف آئے تے نئی سی شرک کرنے والے ہیں تھے تو آخ میری نماز تے میری قربانی تے میرا جیونا تے میرا مرنا سب اللہ واسطے ہے جو پالن ہار ہے سارے جاگ دا جس دا کوئی شریک نہیں تے ایسے دا میں نو حکم ہویا ہے تے میں سب دے پہلا فرما بردارا تو آخ پلا سوا اللہ دے ٹونڈا میں کوئی پالن والا تے او پالن والا ہے ہر چیز دا